चाह पीनी है पुत्तो? क्यों पींदा क्यों नहीं? भुख नहीं? चल ठीक है। चंगा सुखपाल मैं तो जाना फिर है। ठीक है, उधर जाने हो क्या कि मैं खेत? ना ना खेत नहीं, उधर ही जाना उधर कोली। अच्छा। राजू कोली जाके आना। हाँ हाँ, चल जाया वो। जे करे मिल जे था। हाँ, नार लगदा वाना बढ़िया। होर आई तो मैं इलाज करना। नार लगदा कि थे मिलदा हमदे। बाकी होर भी फिर देने तुरे सोनी हो रही फिर देने दर्शन हो रही फिर देने। अच्छा। हाँ काला फिर दे। ਉਹ ਨਾਲ ਲੱਗਦਾ ਨਹੀਂ ਕੋਈ ਛੱਡਦਾ ਫਿਰ ਉਹਨਾਂ ਦਾ ਨਾਲ ਹੀ ਲੱਗਦਾ ਹੈ ਨਾਲ ਲੱਗਦਾ ਤਿੰਨ ਪਾਸਿਓ ਤਾਂ ਹੀ ਕਹਿੰਦਾ ਨਾਲ ਲੱਗਦੇ ਤੇ ਚਾਹੇ ਦੋ ਪੈਸੇ ਵੱਧ ਲੱਗ ਜਾਣ ਤਾਂ ਵੀ ਕੋਈ ਗੱਲ ਨਹੀਂ ਉਹ ਤਾਂ ਮੈਨੂੰ ਮਿਲਿਆ ਤੇ ਉਹ ਉਹ ਤਾਂ ਮੈਨੂੰ ਕਹਿੰਦੀ ਰਾਜੂ ਕਹਿੰਦਾ ਪਹਿਲ ਤਾਂ ਤੇਰੀ ਹੈ ਬਈ ਅੱਛਾ ਫਿਰ ਵੀ ਕੀ ਪਤਾ ਹੁੰਦਾ ਮੈਂ ਕੋਈ ਪਤਾ ਨਹੀਂ ਹੁੰਦਾ ਕੌਣ ਮਕਰਾ ਦੇ ਹੋਰ ਕਿਹੜਾ ਕੰਮ ਨਿਬੇੜਨ ਦੇ ਫਾਇਦਾ ਮੈਂ ਜਾ ਕੇ ਉਹਨਾਂ ਜੇ ਮਿਲ ਜੇ ਘਰੇ ਮੈਂ ਪੈਸੇ ਮੈਂ ਇਹਨੂੰ ਦੇ ਦੂੰਗਾ ਮੈਂ ਕਹੂੰ ਰਜਿਸਟਰੀ ਕਰਾ ਦੀ ਦੋ ਤਿੰਨ ਦਿਨਾਂ ਤੱਕ ਐਂ ਕਰ ਲਿਓ ਚੱਕ ਪੈਸੇ ਐਂ ਕਰ ਲਿਓ ਹੋਰ ਨਾਲ ਲੱਗਦੀ ਬਣ ਜੂ ਆਪਣੀ ਹੋਰ ਵਧੀਆ ਬਣ ਜੂਗਾ ਇੱਕ ਪਟਾਉ ਤਾਂ ਹੋਰ 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 ਆਹੀ ਤਾਂ ਲਾਲਚ ਚੱਲ ਠੀਕ ਨਾਲ ਬਦਲਣਗੀ ਆ ਹਾਂ ਹੋਰ ਬਸ ਕੋਈ ਗੱਲ ਨੀ ਬਾਈ ਜੇ ਕੋਈ ਬੰਦਾ ਪਾਉਣਾ ਵਿੱਚ ਤਾਂ ਆਪਾਂ ਸਰਪੰਚ ਕੋਲੇ ਵਗ ਚੱਲਦੇ ਆ ਉਹਦੇ ਸਾਹਮਣੇ ਫੜਾ ਦੀ ਪੈਸੇ ਨਾ ਨਾ ਲੈ ਗੱਲ ਹੀ ਕੋਈ ਨਹੀਂ ਯਾਰ ਕਮਾਲ ਕਰੀ ਜਾਂਦਾ ਤੂੰ ਵਿੱਚ ਬੰਦੇ ਨੂੰ ਕੀ ਹੈ ਵਿਸ਼ਵਾਸਰਾਂ ਦੀ ਵੀ ਕੋਈ ਚੀਜ਼ ਹੁੰਦੀ ਹੈ ਤਾਂ ਕੀ ਹੋ ਗਿਆ ਕੁਛ ਨਹੀਂ ਹੁੰਦਾ ਬਸ ਤੂੰ ਪਾ ਜੇਬ 'ਚ ਕੋਈ ਗੱਲ ਨਹੀਂ ਪਰਸੋਂ ਜਾਂ ਚੌਥੇ ਚੱਲਾਂਗੇ ਆਪਾਂ ਕਚਹਿਰੀਆਂ 'ਚ ਰਜਿਸਟਰੀ ਕਰਾ ਦੀ ਬਸ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਬਾਈ ਵੀ ਪਹਿਲ ਤੇਰੀ ਹੈਗੀ ਫਿਰਦੇ ਕਈ ਬੰਦੇ ਨੇ ਸੋਨੀ ਨਾਜਰ ਅਤੇ ਕਾਲਾ ਜੱਗਾ ਇਹ ਸਾਰੇ ਫਿਰਦੇ ਸੀ ਧੰਨਵਾਦ ਬਾਈ ਤੇਰਾ ਸਹੀ ਗੱਲ ਹੈ ਫਿਰਦੇ ਤਾਂ ਬਥੇਰੇ ਸੀਗੇ ਹੋਰ ਤੂੰ ਇੰਨਾ ਮਾਣ ਰੱਖਿਆ ਮੇਰਾ ਧੰਨਵਾਦ ਤੇਰਾ ਮੈਂ ਤਾਂ ਜੱਸਿਆ ਆ ਕਹਿਣਾ ਸੀ ਮੈਂ ਯਾਰ ਤੇਰੇ ਖੇਤ ਦੇ ਨਾਲ ਲੱਗਦੀ ਸੀ ਜ਼ਮੀਨ ਆਪਣੀ ਹਾਂ ਛੇਕਣ ਵਾਲਾ ਹੈ ਮੈਨੂੰ ਉਹਦੇ ਵਾਸਤੇ ਇਕੱਲੇ ਵਾਸਤੇ ਪਾਣੀ ਪੂਣੀ ਦਾ ਬਾਹਲਾ ਜੱਬ ਹੁੰਦਾ ਸੀ ਯਾਰ ਪਾਣੀ ਦਾ ਸਾਧਨ ਉੱਥੇ ਹੈ ਨਹੀਂਗਾ ਤੈਨੂੰ ਪਤਾ ਐਂ ਵੀ ਤੇਰੇ ਬੱਟ ਨਾਲ ਲੱਗਦੀ ਸੀ ਤਾਂ ਵਿੱਚ ਰਲ ਜੂਗਾ ਨਾ ਨਾ ਵਧੀਆ ਵਧੀਆ ਪਰ ਮੈਨੂੰ ਬਾਹਲੀ ਖੇਚਲਾ ਕਰਨੀ ਪੈਂਦੀ ਨਾ ਨਾ ਵਧੀਆ ਵਧੀਆ ਹੋਰ ਚਾਹ ਪਾਣੀ ਪੀਏਗਾ ਨਾ ਨਾ ਬਸ ਬਾਈ ਬਸ ਧੰਨਵਾਦ ਤੇਰਾ ਆਪਾਂ ਪਰਸੋਂ ਚੌਥੇ ਮਿਲਦੇ ਹਾਂ ਫਿਰ ਹੈ ਨਾ ਕੋਈ ਗੱਲ ਨਹੀਂ ਬਾਈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਣ ਗਿਆ ਕੰਮ ਹਾਂ ਹੋ ਗਿਆ ਬਿਆਨ ਤਾਂ ਹੋਰ ਫਿਕਰ ਜਾ ਨਿਬੜ ਗਿਆ ਹੋਰ ਹੁਣ ਕੋਈ ਟੈਨਸ਼ਨ ਨਹੀਂ ਹੈਗੀ ਹੁਣ ਤਾਂ ਬਸ ਲੈ ਲਈ ਆਪਾਂ ਜਦੋਂ ਬਿਆਨੀ ਹੋ ਗਿਆ ਹਾਂ ਜਦੋਂ ਬਿਆਨੀ ਹੋ ਗਿਆ ਹਾਂ ਮੈਂ ਪਹਿਲਾਂ ਖੇਤ ਲੰਘਦਾ ਸੀਗਾ ਅੱਛਾ ਫਿਰ ਮੈਂ ਨਾਲੇ ਕੱਪੜੇ ਬਦਲੇ ਮੈਂ ਨਾਲੇ ਗੱਡੀ ਖੜਾ ਮੈਂ ਮੈਂ ਤੈਨੂੰ ਦੱਸਿਆ ਮੈਂ ਚੱਲ ਵਧੀਆ ਫਿਰ ਤੇ ਤੁਸੀਂ ਚਾਹ ਬਣਾਵਾ ਹਾਂ ਬਣਾ ਲੈ ਠੀਕ ਹੀ ਬਗ ਜੂ ਖੇਤ ਮੈਂ ਆ ਤਾਂ ਬੜਾ ਵਧੀਆ ਕੰਮ ਹੋ ਗਿਆ ਹੋਰ ਹੈਲੋ ਅੱਛਾ ਅੱਛਾ ਹੋ ਗਈ ਰਜਿਸਟਰੀ ਚੱਲ ਵਧੀਆ ਵਧਾਈਆਂ ਸਾਨੂੰ ਹਾਂ ਹਾਂ ਚੱਲ ਤਾਂ ਬਾਹਲੇ ਵਧੀਆ ਹੋ ਗਿਆ ਹੋਰ ਸੱਚ ਮੇਰੀ ਗੱਲ ਸੁਣਿਓ ਗਿਆਨੀ ਕਿਉਂਕ ਲੱਡੂਆਂ ਡੱਬਾ ਲੈ ਆਇਓ ਹੋਰ ਉੱਧਰ ਚਾਚੀ ਦਾ ਵੀ ਮੂੰਹ ਮਿੱਠਾ ਕਰਾਉਣਾ ਚਾਰ ਲੱਡੂ ਦੇ ਕੇ ਆਉਣੇ ਨੇ ਠੀਕ ਹੈ ਠੀਕ ਹੈ ਘੰਟੇ ਕੁ ਨੂੰ ਚਲ ਕੋਈ ਨਾ ਘੰਟੇ ਕੁ ਨੂੰ ਆ ਜਾਓ ਪਿਆ ਦੂੰ ਮੈਂ ਸਾਨੂੰ ਪਾਣੀ ਤਾਂ ਮੈਂ ਠੀਕ ਹੈ ਆ ਤਾਂ ਵਾਲੀ ਵਧੀਆ ਹੋ ਗਿਆ ਜਿਹੜਾ ਕੰਮ ਬਣ ਗਿਆ ਆਪਣਾ ਹੋਰ ਹਿੰਮਤ ਨਾਲ ਕਰਾ ਲਿਆ ਭੱਜ ਨੱਠ ਕਰਕੇ ਵਧੀਆ ਰਹਿ ਗਏ ਬਾਕੀ ਮੈਂ ਜਸਪਾਲ ਵਕੀਲ ਨੂੰ ਕਹਿਤਾ ਸੀਗਾ ਮੈਂ ਕਿਹਾ ਕੰਮ ਸਾਡਾ ਅੱਜ ਹੀ ਹੋਣਾ ਚਾਹੀਦਾ ਰਜਿਸਟਰੀ ਵਾਲਾ ਰੋਜ਼ ਰੋਜ਼ ਆਉਣਾ ਜਾਣਾ ਔਖਾ ਹੈ ਮੈਂ ਕਿਹਾ ਰੋਜ਼ ਬੰਦੇ ਇਕੱਠੇ ਕਰਨੇ ਨੰਬਰਦਾਰ ਵਗੈਰਾ ਜਾਣਾ ਔਖਾ ਹੋ ਜਾਂਦਾ ਕਦੇ ਤਹਿਸੀਲਦਾਰ ਛੁੱਟੀ 'ਤੇ ਆ ਕਦੇ ਕੌਣ ਛੁੱਟੀ 'ਤੇ ਮੁੜ ਕੇ ਕੰਮ ਦੂਰ ਪੈ ਜਾਂਦਾ ਮੈਂ ਕਿਹਾ ਕੰਮ ਵਾਲੇ ਬੰਦੇ ਆ ਫਿਰ ਔਖਾ ਹੋ ਜਾਂਦਾ ਹੋਰ ਨਾ ਨੰਬਰਦਾਰ ਕਿਹੜਾ ਵਿਹਲੇ ਰਹਿੰਦੇ ਨੇ ਹੋਰ ਹੁਣ ਕੀ ਪਤਾ ਅਗਲਾ ਕਿੱਧਰ ਨੂੰ ਚੜ ਜੇ ਨਾਲੇ ਬੋਤਲ ਫਿਰ ਅਗਲਾ ਭਾਲਦਾ ਅੱਜ ਲੈ ਜਾਂਗੇ ਅੱਜ ਬੋਤਲ ਫਿਰ ਲੈ ਜਾਂਗੇ ਫਿਰ ਬੋਤਲ ਫਿਰ ਬੋਤਲ ਕੰਮ ਚਾਹੀ ਬਣੇ ਨਾ ਬਣੇ ਕੰਮ ਬਣੇ ਨਾ ਬਣੇ ਹੋਰ
ਸਤਿ ਸ੍ਰੀ ਅਕਾਲ ਚਾਚੀ। ਸਤਿ ਸ੍ਰੀ ਅਕਾਲ। ਵਧਾਈਆਂ ਤੈਨੂੰ, ਆਪਾਂ ਛੀਕ ਨਾਲਾ ਜ਼ਮੀਨ ਦੀਆਂ ਹੋਰ ਲੈ ਲਈਆਂ। ਅੱਛਾ, ਹਾਂ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਸੁਖਪਾਲ। ਸਾਰਾ ਵਧਾਈਆਂ ਚਾਚੀ ਤੁਹਾਨੂੰ ਵੀ। ਬਲਜੀਤ ਨਹੀਂ ਦੀ ਚਾਚੀ ਕਿੱਧਰ ਗਈ? ਇੱਧਰ ਹੀ ਹੈ, ਉਹ ਆਉਂਦੀ ਹੈ ਬਗੀ। ਕਿਵੇਂ ਭੈਣੇ? ਠੀਕ ਠਾਕ ਭੈਣੇ। ਆ ਕੀ ਲਈ ਫਿਰਦੀ ਹੈ? ਲੱਡੂ ਭੈਣੇ, ਮਿੱਠਾ ਮੂੰਹ ਕਰਨ ਵਾਸਤੇ ਛੀਕ ਨਾਲਾ ਆਪਾਂ ਜ਼ਮੀਨ ਦੀਆਂ ਹੋਰ ਖਰੀਦ ਲਈਆਂ। ਚੱਲ ਵਧਾਈਆਂ ਭੈਣੇ ਤੈਨੂੰ। ਵਧੀਆ, ਸਾਰਾ ਵਧਾਈਆਂ ਭੈਣੇ ਤੁਹਾਨੂੰ ਵੀ। ਅੱਛਾ ਲੈ ਲਿਆ ਰੱਖਿਆ। ਹੁਣ ਛੇਕ ਨਾਲਾ ਕਿਤੋਂ ਖਰੀਦਿਆ ਨੇ ਸੁਖਪਾਲ? ਉਹ ਰਾਜੂ ਨੀ ਹੈਗਾ ਚਾਚੀ, ਗੁਰਦਿਆਲੇ ਬਾਬੇ ਦਾ ਪੋਤਾ? ਉਹਦੀ ਜ਼ਮੀਨ ਆਪਣੇ ਨਾਲ ਲੱਗਦੀ ਸੀ ਛੇਕ ਨਾਲਾ, ਉਹ ਤੋਂ ਖਰੀਦੀਆਂ ਨੇ। ਅੱਛਾ, ਉਹ ਤੋਂ ਖਰੀਦੀਆਂ ਨੇ। ਹਾਂ ਹਾਂ, ਫਿਰ ਦੂਜਾ ਵਾਹਣ ਤਾਂ ਉਹਦਾ ਫਾਫੜਿਆਂ ਸੜਕ ਤੇ ਰਹਿ ਜਾਂਦਾ ਗਾ। ਇੱਧਰ ਆਪਣੇ ਕਨੀ ਛੇਕ ਨਾਲਾ ਤੀਆਂ ਉਹਦੀਆਂ, ਉਹ ਕਹਿੰਦਾ ਇੱਧਰ ਆਉਣਾ ਕਰਨਾ ਔਖਾ, ਪਾਣੀ ਤਾਣੀ ਦਾ ਔਖਾ ਹੋ ਜਾਂਦਾ, ਕਿਸੇ ਮੰਗ ਮੰਗਾਈ ਕਰਨੀ, ਤਾਂ ਕਰਕੇ ਉਹਨੇ ਵੇਚਤੀਆਂ ਵਿਚਾਰੇ ਨੇ। ਅੱਛਾ, ਚੱਲ ਵਧੀਆ ਹੋਇਆ ਤੁਹਾਡੇ ਨਾਲ ਰਲ ਗਈ। ਹਾਂ ਚਾਚੀ, ਉਹਨੇ ਸਾਨੂੰ ਦੱਸਤਾ ਸੀਗਾ, ਇਹਦੇ ਕੋਲ ਗੱਲ ਕਰੀ ਤੀ, ਕਹਿੰਦਾ ਬਾਈ ਪੈਰ ਸੋਡੀ ਹੈਗੀ, ਮਗਰ ਤਾਂ ਅਸੀਂ ਵਾਲੇ ਫਿਰਦੇ ਨਹੀਂ ਲੱਗੇ, ਕਾਲਾ ਫਿਰਦਾ, ਦਰਸ਼ਨ ਫਿਰਦਾ, ਮੋਹਨੀ ਫਿਰਦਾ, ਕਹਿੰਦਾ ਆਹ ਦਲਵਾਰੇ ਕਾ ਭੋਲਾ ਫਿਰਦਾ, ਸਾਰੇ ਫਿਰਦੇ ਨੇ, ਕਹਿੰਦਾ ਮਗਰ ਤਾਂ ਪਹਿਲ ਸੋਡੀ ਹੈ। ਪਰ ਤੈਨੂੰ ਪਤਾ ਫਿਰ ਮਲਾਜਾ ਪਹਿਲੇ ਦਿਨ ਵਧੀਆ ਰੱਖਦਾ ਸਾਡੇ ਨਾਲ, ਤਾਂ ਕਰਕੇ ਉਹਨੇ ਸਾਨੂੰ ਦੇਤੀ। ਚੱਲ ਵਧੀਆ ਹੋਇਆ, ਮੈਨੂੰ ਤਾਂ ਬਹੁਤ ਖੁਸ਼ੀ ਹੈ। ਹੁਣ ਤਾਂ 6 ਕਿੱਲਿਆਂ ਵਾਂਗੂ ਹੋ ਗਈ ਤੁਹਾਡੇ ਕੋਲੇ ਜ਼ਮੀਨ। ਹਾਂ ਚਾਚੀ, 6 ਕਿੱਲਿਆਂ ਨੇੜੇ ਹੋ ਗਈ। ਲੈ ਬੈਠ ਬਾਟੀ। ਚੱਲ ਬਾਟੀ ਨੂੰ ਕੀ ਕਾਲਤੀ, ਫੇਰ ਆ ਜਾਂਦੀ। ਚੱਲ ਕੋਈ ਨਾ, ਲੈ ਲੈ ਤੋ ਵੀ ਲਿਆਈ ਵਾਲੀ ਕਾਲੀ। ਨਾ ਨਾ, ਫੇਰ ਆ ਜਾਂਦੀ, ਵੀ ਵਾਰੀ ਗੇੜਾ ਵੱਜਦੇਗਾ। ਅੱਛਾ, ਫਿਰ 6 ਕਰਨਾਲਾ ਲੈ ਲਈਆਂ ਭੈਣੇ ਹੈ? ਹਾਂ ਬਲਜੀਤ, ਗੁਰਦਿਆਲੇ ਬਾਬੇ ਦਾ ਪੋਤਾ ਨੀ ਹੈਗਾ ਰਾਜੂ, ਉਹ ਤੋਂ ਲੈਤੀਆਂ ਨੇ। ਅੱਛਾ, ਚੱਲ ਵਧੀਆ ਹੋ ਗਿਆ ਭੈਣੇ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ? ਇਹ ਤੇਰੀ ਭੈਣ ਜੀ ਹੋ ਗਈ ਭੈਣੇ? ਹਾਂ ਭੈਣੇ, ਪੇਪਰ ਹੋ ਗਏ, ਹੁਣ ਛੁੱਟੀਆਂ ਹੋ ਰਹੀਆਂ। ਅੱਛਾ, ਇਹ ਕਿਹੜੀ ਭੈਣ ਦੀ ਹੈ? ਵੀਰਪਾਲ ਦੀ। ਅੱਛਾ, ਵੀਰਪਾਲ ਦੀ, ਦੋ ਕੁੜੀਆਂ ਉਹਦੇ ਕੋਲ ਤਾਂ ਨਾ? ਹਾਂ ਹਾਂ। ਲੈ ਉਹ ਆ ਗਿਆ ਰਾਜਾ ਬਾਈ ਵੀ, ਆ ਜਾ ਆ ਜਾ ਬਾਈ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ? ਹਾਂ ਠੀਕ ਠਾਕ ਬਾਈ, ਵਧੀਆ। ਚਲੋ ਵਧੀਆ, ਬਹਿ ਜਾ ਬਾਈ। ਹੋਰ ਬਾਈ ਕਿਵੇਂ ਜੱਸਾ? ਠੀਕ ਠਾਕ ਬਾਈ। ਵਧਾਈਆਂ ਦੇ ਦਿਓ ਭੈਣ ਨੂੰ, ਇਹਨਾਂ ਜ਼ਮੀਨ ਦੀਆਂ ਲੈ ਲਈਆਂ 6 ਕਰਨਾਲਾ। ਅੱਛਾ, ਚਲੋ ਵਧਾਈਆਂ ਫਿਰ ਤਾਂ। ਸਵਾ ਵਧਾਈਆਂ ਬਾਈ ਤੁਹਾਨੂੰ ਵੀ। ਹੋਰ ਫਿਰ ਤਾਂ ਬਾਲਾ ਵਧੀਆ ਕੰਮ ਕਰਿਆ। ਕਿਹਦੀਆਂ ਖਰੀਦੀਆਂ ਭਾਬੀ? ਉਹ ਰਾਜੂ ਨੇ ਹੈਗਾ, ਗੁਰਦਿਆਲੇ ਬਾਬੇ ਦਾ ਪੋਤਾ, ਉਹਦੀਆਂ ਲਈਆਂ ਨੇ। ਅੱਛਾ, ਹਾਂ 5 ਤੀ ਉਹਦੀਆਂ 6 ਕਰਨਾਲਾ ਤੁਹਾਡੇ ਨਾਲ ਲੱਗਦੀਆਂ, ਫਿਰ ਉਹੀ ਵੇਚੀਆਂ ਹੋਣੀਆਂ ਉਹਨੇ। ਹਾਂ ਹਾਂ ਬਾਈ, ਉਹਦੇ ਕੋਈ ਕੋਈ ਸਾਧਨ ਨਹੀਂ ਸੀਗਾ ਉੱਥੇ 6 ਕਰਨਾਲਾ ਨੂੰ, ਕਹਿੰਦਾ ਤੇਰੇ ਮੇਰੇ ਫਿਰ ਪਾਣੀ ਤਾਣੀ ਮੰਗਣਾ ਪੈਂਦਾ ਔਖਾ ਹੁੰਦਾ। ਹਾਂ, ਫਿਰ ਦੂਜਾ ਬਾਣ ਤਾਂ ਫਾਫੜੇ ਵਾਲੇ ਪਾਸੇ ਰਹਿ ਗਿਆ। ਹਾਂ ਹਾਂ ਹਾਂ, ਮੇਰੇ ਵੱਲੋਂ ਵੀ ਜੱਸੇ ਬਾਈ ਨੂੰ ਦੇ ਦੀ ਵਧਾਈਆਂ ਭਾਬੀ। ਕੋਈ ਨਾ ਬਾਈ, ਜ਼ਰੂਰ ਦੇਵਾਂਗੀ। ਹਾਂ ਚੰਗਾ ਚਾਚੀ, ਫਿਰ ਮੈਂ ਜਾਣੀ ਆ। ਚੰਗਾ, ਤੁਸੀਂ ਵੀ ਕੰਮ ਧੰਦਾ ਕਰਨਾ। ਕੋਈ ਨਾ, ਅੱਜ ਤਾਂ ਕੰਮ ਧੰਦੇ ਕਰਦੀ ਰਹਾਂਗੇ, ਤੂੰ ਬਹਿ ਜਾ, ਚਾਹ ਬਣਾ ਲੈ ਉਹਨੀ। ਨਾ ਨਾ ਭੈਣੇ, ਚਾਹ ਨਹੀਂ ਮੈਂ ਪੀਣੀ। ਪੀਣੀ ਭਾਬੀ ਕੋ ਤਾਂ ਲੱਡੂ ਵੰਡ ਕੇ ਆਉਣੇ ਨੇ। ਅੱਛਾ, ਮਹਾ ਅਗਲਾ ਐ ਕਹਿੰਦਾ ਚੀਜ਼ ਲੈਤੀ ਆ, ਲੱਡੂ ਨਹੀਂ ਖਵਾਏ ਹੈਗੇ ਸਾਨੂੰ। ਹਾਂ ਹੋਰ ਲੱਡੂ ਲੈ ਕੇ ਆਈ ਤੀ ਆਪਣੇ? ਹਾਂ, ਮੂੰਹ ਮਿੱਠਾ ਕਰਾਉਣ ਆਈ ਤੀ ਆਪਣਾ। ਬਲਜੀਤ ਗੱਲ ਸੁਣ, ਚੱਕ ਕੇ ਲੱਡੂ ਜੇ ਕੰਧ ਉੱਤੋਂ ਦੀ ਮਾਰ, ਆਪਾਂ ਨਹੀਂ ਖਾਣੇ ਇਹਨਾਂ ਦੇ ਲੱਡੂ। ਠੀਕ ਹੈ ਬੇਬੇ। ਲੱਡੂ ਦੇਣ ਦੇ ਬਹਾਨੇ ਆਪਣੀ ਹਿੱਕ ਸਾੜਨ ਆਈ ਤੀ ਇਹ। ਅੱਛਾ ਅੱਛਾ, ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਮੇਰੀਆਂ ਅਰਦਾਸਾਂ ਕਿਉਂ ਨਹੀਂ ਸੁਣਦਾ ਰੱਬ। ਮੈਂ ਤਾਂ ਇਹਨਾਂ ਨੂੰ ਰੁੜਦੇ ਦੇਖਣਾ ਚਾਹੁੰਦੀ ਆ, ਉਹ ਇਹਨਾਂ ਦੀ ਸਮਾਂ ਦਿਨੋਂ ਦਿਨ ਤਰੱਕੀ ਕਰਾਈ ਜਾਂਦਾ। ਹੋਰ ਬੇਬੇ, ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ, ਕਦੇ ਗੱਡੀ ਲੈ ਲਈ, ਕਦੇ ਟਰੈਕਟਰ ਲੈ ਲਿਆ, ਕਦੇ ਮੈਸ ਲੈ ਲਈ, ਕਦੇ ਮੋਟਰਸਾਈਕਲ ਲੈ ਲਿਆ, ਮੈਂ ਤਾਂ ਇਹ ਨਹੀਂ ਸਮਝ ਆਉਂਦੀ। ਪਤਾ ਨਹੀਂ ਇਹਨਾਂ ਨੂੰ ਕਿਹੜੀ ਹੈਗੀ ਜੀ ਸੋਨੇ ਦੀ ਖਾਨ ਤਿਆਰੀ ਹੈਗੀ। ਸੋਨੇ ਦੀ ਖਾਨ ਹੀ ਹੈ, 5 ਕਿੱਲੇ ਜ਼ਮੀਨ ਤੀ, ਇਕੱਲਾ ਇਕੱਲਾ ਹੈਗਾ, ਚੰਗੀ ਕਮਾਈ ਕਰ ਲੈਂਦਾ। ਚੱਲ ਕੋਈ ਗੱਲ ਨਹੀਂ, ਆਪਣੇ ਨਾਲ ਧੋਖਾ ਕਰਕੇ ਨਾ ਪਾਰ ਨਹੀਂ ਲੰਘਦੇ ਇਹ।
ਪਾਰ ਤਾਂ ਨੰਗੇ ਖੜੀ ਨੇ ਬੇਬੇ, 5 ਤੋਂ 6 ਕਿੱਲਿਆਂ ਵਾਂਗੂ ਜ਼ਮੀਨ ਦੇ ਕਰਕੇ ਆਪਣੇ ਕੋਲੇ 3 ਕਿੱਲੀ ਨੇਗੇ। ਫਿਰ ਮੈਂ ਕੀ ਕਰਾਂ ਜੇ 3 ਕਿੱਲੇ ਨੇ? ਤੇਰੇ ਪਿਓ ਦੀਆਂ ਕਰਤੂਤਾਂ ਦਾਰੂ ਪੀਂਦਾ ਸੀ, ਦਾਰੂ ਪੀ ਕੇ ਕਿੱਲਾ ਉਹਨੇ ਅਡਾਤਾ, ਜਦੋਂ ਅੱਡ ਹੋਇਆ 1 ਕਿੱਲਾ ਇਹ ਰੱਖ ਗਏ ਧੋਖੇ ਨਾਲ। ਹਾਂ ਬੇਬੇ, ਕਿੱਲਾ ਤਾਂ ਫਿਰ ਇਹ ਜਮਾਂ ਨਜਾਇਜ਼ ਹੀ ਰੱਖ ਗਏ, ਉਹ 'ਚੋਂ 1/2 ਕਿੱਲਾ ਤਾਂ ਆਪਣਾ ਹਿੱਸਾ ਬਣਦਾ ਸੀ। ਹੋਰ 9 ਕਿੱਲੇ ਆਉਂਦੇ ਤੇ 9 'ਚੋਂ ਆਪਾਂ ਨੂੰ 4.5 ਆਉਂਦੇ ਤੇ, ਆਪਾਂ ਨੂੰ 4 ਦੇ ਤੇ ਆਪ 5 ਕਿੱਲੇ ਰੱਖ ਗਏ। ਮੈਂ ਤਾਂ ਬਥੇਰਾ ਰੌਲਾ ਪਾਇਆ ਸੀ ਉਦੋਂ, ਤੇਰੇ ਪਿਓ ਨੀ ਕੋਈ ਗੌਗਾ ਕਰਿਆ। ਉਹੀ ਤਾਂ ਗੱਲ ਹੈ ਬੇਬੇ, ਮੈਨੂੰ ਤਾਂ ਬਾਪੂ ਤੇ ਬੜਾ ਗੁੱਸਾ ਚੜੀ ਜਾਂਦਾ ਵੀ ਤੂੰ ਪਤੰਦਰਾ ਦੇਖਤਾ ਲੈ, ਤੈਨੂੰ ਤਾਂ 4 ਕਿੱਲੇ ਦੇਈ ਜਾਂਦੇ ਨੇ, ਆਪ 5 ਰੱਖੀ ਜਾਂਦੇ ਨੇ। ਤੂੰ ਮਾੜਾ ਮੋਟਾ ਤਾਂ ਬੋਲ ਵੀ ਤੂੰ ਰੌਲਾ ਪਾ ਵੀ ਮੈਨੂੰ 1/2 ਕਿੱਲਾ ਹੋਰ ਦਿਓ ਭਾਈ, ਜਦੋਂ ਹਿੱਸਾ ਬਣਦਾ ਸਾਡਾ। ਜੇ ਨਹੀਂ ਮੰਨਦੇ ਤੂੰ 4 ਬੰਦੇ ਬਿਠਾ ਲੈ ਸਿਆਣੇ, ਉਹਨਾਂ ਨੂੰ ਕਹਿ ਵੀ ਹਿੱਸਾ ਤਾਂ ਭਾਈ ਬਣਦਾ ਦਬਾਓ ਮੇਰਾ, ਉਹ ਤਾਂ ਕਹਿੰਦੀ ਕੁਛ। ਮੈਂ ਤਾਂ ਬਥੇਰਾ ਰੌਲਾ ਪਾਇਆ, ਉਹਦੇ ਤਾਂ ਕੰਨ ਤੇ ਜੂ ਨਹੀਂ ਸਰਕੀ, ਉਹ ਤਾਂ ਸ਼ਰਾਬ ਦਾ ਡੱਕਿਆ ਰਿਹਾ, ਉਸੇ ਚੋਂ ਨਹੀਂ ਵੇਲ ਮਿਲੀ ਉਹਨੂੰ ਤਾਂ। ਪਹਿਲਾਂ ਤਾਂ ਕਦੇ ਕਦੇ ਪੀਂਦਾ ਸੀ, ਫਿਰ ਦਿਨ ਤੇ ਰਾਤ ਹੀ ਲੱਗ ਗਿਆ, ਅੱਖ ਵੀ ਨਾ ਖੋਲਿਆ ਕਰੇ। ਫਿਰ ਮੇਰੇ ਹਿਸਾਬ ਨਾਲ ਬੇਬੇ ਬਾਪੂ ਨਾਲ ਇਹਨਾਂ ਨੇ ਧੱਕਾ ਹੀ ਕਰਿਆ, ਜ਼ਮੀਨ ਵੱਧ ਰੱਖ ਗਏ, ਉਹਨੂੰ ਅੰਦਰੋਂ ਅੰਦਰੀ ਗਮ ਖਾ ਗਿਆ, ਤਾਂ ਹੀ ਉਹ ਸ਼ਰਾਬ ਵੱਧ ਪੀਣ ਲੱਗ ਗਿਆ। ਹਾਂ ਇਹ ਵੀ ਹੋ ਸਕਦਾ, ਦੇਖ ਲੈ ਬੇਬੇ ਰੱਬ ਵੀ ਧੋਖੇਬਾਜ਼ਾਂ ਦੀ ਸਾਥ ਦਿੰਦਾ ਹੈ ਨਾ। ਕਿਤੇ ਤਾਂ ਹੁਣ ਇਹ ਜ਼ਮੀਨ ਲੈ ਲੈਂਦੇ ਨੇ, ਕਦੇ ਪਹਿਲਾਂ ਘਰ ਪਾ ਕੇ ਹਟੇ ਨੇ, ਫਿਰ ਟਰੈਕਟਰ ਲਿਆਏ ਨੇਗੇ, 1 ਪਲਾਟ ਵੀ ਲੈ ਗਏ ਨਾਲ ਲੱਗਦਾ ਉੱਥੇ। ਕੋਈ ਗੱਲ ਨਹੀਂ, ਭੁੱਲਦੀ ਨਹੀਂ ਮੈਂ ਜਿਹੜੀਆਂ ਇਹਦੇ ਬਾਪੂ ਬੇਬੇ ਨੇ ਆਪਣੇ ਨਾਲ ਕਰੀਆਂ ਨੇ। ਬਸ ਪਰਮਾਤਮਾ ਨਾ ਮੈਨੂੰ ਜ਼ਿੰਦਗੀ 'ਚ ਮੌਕਾ ਦੇ ਦੇ ਕਿਹਾ ਜਾ, ਜਿਹਦੇ ਨਾਲ ਮੈਂ ਇਹਨਾਂ ਨੂੰ ਉੱਜੜਦੇ ਦੇਖ ਸਕਾਂ ਨਾ, ਫਿਰ ਮੇਰਾ ਕਾਰਜ ਠਰੇ। ਪਤਾ ਨਹੀਂ ਰੱਬ ਬੇਬੇ ਕਦੋਂ ਦੇਊਗਾ ਆਪਾਂ ਨੂੰ ਮੌਕਾ, ਕਦੋਂ ਆਊਗਾ। ਮੈਂ ਤਾਂ ਪੈਨਾ ਘੰਟਾ, ਤੂੰ ਤਾਂ ਪੈ ਜਾ ਜਾ ਕੇ, ਤੈਨੂੰ ਕੋਈ ਚੜੀ ਲੱਥੀ ਦੀ ਤਾਂ ਹੈ ਨਹੀਂ, ਅਗਲੀ ਤਾਂ ਆਪਣੇ ਹਿੱਕ ਤੇ ਦੀਵਾ ਬਾਲ ਕੇ ਗਈ ਹੈ। ਉਹੀ ਤਾਂ ਗੱਲ ਹੈ ਬੇਬੇ, ਸਹੀ ਗੱਲ ਹੈ ਤੇਰੀ। ਮੇਰੀ ਗੱਲ ਸੁਣ ਬਲਜੀਤ, ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਹੈ, ਜਿਹੜੀ ਉਹ ਤੇਰੀ ਤਾਈ ਨਹੀਂ ਹੈਗੀ ਭੂਰੀ ਚਾਨੇ ਦੇ ਘਰ ਵਾਲੀ, ਮੈਨੂੰ ਉਹ ਦੱਸਦੀ ਤੀ, ਕਹਿੰਦੀ ਆਪਣੇ ਬਾਹਰ ਬਾਹਰ ਨਾ ਇੱਕ ਬਾਬਾ ਬੈਠਿਆ, ਆਪਾਂ ਉਹਨੂੰ ਨਾ ਪੁੱਛ ਲਈਏ, ਉਹਨੂੰ ਐਂ ਕਹਿ ਦਾਂਗੇ ਵੀ ਬਾਬਾ ਜਿਵੇਂ ਮਰਜ਼ੀ ਕਰ, ਪਰ ਸਾਡੇ ਸ਼ਰੀਕਾਂ ਦੀ ਬਰਾਬਰੀ ਹੋਣੀ ਚਾਹੀਦੀ ਹੈ। ਸਹੀ ਗੱਲ ਹੈ ਬੇਬੇ, ਆਪਾਂ ਦੇਖ ਲਾਂਗੇ ਜੋ ਬਾਬਾ ਸਿਆਣਾ ਹੈ, ਆਪਾਂ ਵਗ ਚੱਲਾਂਗੇ। ਸਿਆਣਾ ਤਾਂ ਬਹੁਤ ਹੈ, ਮੈਨੂੰ ਦੱਸਦੀ ਤੀ ਪੂਰੀ, ਕਹਿੰਦੀ ਆਪਣਾ ਤਾਂ 1/2 ਪਿੰਡ ਜਾਣ ਲੱਗ ਗਿਆ ਉਹਦੇ ਕੋਲੇ। ਅੱਛਾ ਬੇਬੇ, ਚੱਲ ਫਿਰ ਕੋਈ ਗੱਲ ਨਹੀਂ, ਆਪਾਂ ਸਵੇਰੇ ਵਗ ਚੱਲਾਂਗੇ, 10-11 ਵਜੇ ਵਗ ਚੱਲਾਂਗੇ। ਹਾਂ ਕੱਲ ਨੂੰ ਚੱਲਾਂਗੇ ਫਿਰ ਆਪਾਂ। ਹਾਂ ਹਾਂ ਐਂ ਕਰ ਲਾ। ਚੰਗਾ। ਹਾਂ ਬੱਚਾ, ਸਮੱਸਿਆ ਦੱਸੋ। ਮੇਰਾ ਨਾਂ ਹੈ ਗੁਰਮੀਤ, ਮੈਂ ਕਰ ਦਿੰਦਾ ਮਿੱਟੀ ਪਲੀਤ, ਬਸ ਤੁਸੀਂ ਸਮੱਸਿਆ ਦੱਸੋ ਗਿਰਾ ਇੱਕ ਵਾਰੀ। ਸਮੱਸਿਆ ਤਾਂ ਬਾਬਾ ਜੀ ਆਹ ਹੈ, ਅਸੀਂ ਸ਼ਰੀਕਾਂ ਦੀ ਬਰਾਬਰੀ ਦੇਖਣੀ ਚਾਹੁੰਦੇ ਹਾਂ। ਉਹਨਾਂ ਨੇ ਸਾਡੇ ਤੋਂ ਵੱਧ ਜ਼ਮੀਨ ਰੱਖ ਲਈ ਸੀ ਵੰਡਣ ਵੇਲੇ, ਧੱਕਾ ਕਰ ਗਏ ਤੇ ਉਹ ਸਾਡੇ ਨਾਲ। ਪਤਾ ਨਹੀਂ ਕੀ ਗੱਲ ਹੈ, ਉਹ ਦਿਨੋਂ ਦਿਨ ਤਰੱਕੀ ਕਰਦੇ ਜਾਂਦੇ ਨੇ, ਅਸੀਂ ਦਿਨੋਂ ਦਿਨ ਥੱਲੇ ਹੁੰਦੇ ਜਾਂਦੇ ਹਾਂ। ਕੋਈ ਪਾ ਕਰੋ ਬਾਬਾ ਜੀ, ਅਸੀਂ ਤਾਂ ਤੁਹਾਡਾ ਸਾਂਝ ਜ਼ਿੰਦਗੀ ਭਰ ਨਹੀਂ ਭੁੱਲਦੇ ਹੈਗੇ। ਮਹਾ ਤੂੰ ਪਰਵਾਹ ਹੀ ਨਾ ਕਰ ਬੱਚਾ, ਮੈਨੂੰ ਕਹਿੰਦੇ ਬਾਬਾ ਗੁਰਮੀਤ, ਜਿਹਦੇ ਤੇ ਮੇਰੀ ਨਿਗਾਹ ਟੇਢੀ ਹੋ ਜਾਏ ਨਾ, ਕਰੋੜਾਂ ਵਾਲ ਨੂੰ ਮੈਂ ਰੋੜਾਂ 'ਚ ਕਰ ਦਿੰਦਾ, ਲੱਖਾਂ ਵਾਲੇ ਨੂੰ ਕੱਖਾਂ 'ਚ। ਬਰਬਾਦੀ ਹੋ ਜੂ ਤੇਰੇ ਸ਼ਰੀਕਾਂ ਦੀ, ਤੂੰ ਫਿਕਰੀ ਨਾ ਕਰ, ਬਸ 5100 ਦਾ ਮੱਥਾ ਲੱਗੂਗਾ ਤੇਰਾ। ਬਾਬਾ ਜੀ 5100 ਦਾ ਮੱਥਾ, ਬਾਲਾ ਨਹੀਂ ਹੈਗਾ, ਘੱਟ ਕਰ ਲਓ ਬਾਬਾ ਜੀ ਥੋੜ੍ਹੇ ਜਿਹੇ, ਅਸੀਂ ਤਾਂ ਗਰੀਬ ਬੰਦੇ ਹਾਂ। ਐਂ ਕਰੋ ਫਿਰ, ਤੁਸੀਂ ਕਿਸੇ ਗਰੀਬ ਬਾਬੇ ਕੋਲ ਹੀ ਵਗ ਜਾਓ। ਬਾਬਾ ਗੁਰਮੀਤ ਆਪਦੇ ਭਗਤਾਂ ਦੇ ਕੰਮ ਕਰਨ 'ਚ ਕਦੇ ਕੰਜੂਸੀ ਨਹੀਂ ਕਰਦਾ, ਪਰ ਭਗਤ ਵੀ ਕੰਜੂਸੀ ਨਾ ਕਰੇ, ਫੇਰ ਹੀ ਗੱਲ ਬਣਦੀ ਹੈ। ਚੱਲ ਕੋਈ ਗੱਲ ਨਹੀਂ, 5100 ਤਾਂ ਮੈਂ ਦੇ ਦੂੰ ਬਾਬਾ ਜੀ, ਕੰਮ ਪੱਕਾ ਹੋ ਜੂਗਾ। ਮੈਂ ਲਿਖ ਕੇ ਦੇਊਂਗਾ ਤੁਹਾਨੂੰ, ਕੰਮ ਪੱਕਾ ਹੋਊਗਾ। ਮੈਂ ਕਦੇ ਝੂਠ ਨਹੀਂ ਬੋਲਦਾ, ਮੈਨੂੰ ਕਹਿੰਦੇ ਆ ਬਾਬਾ ਗੁਰਮੀਤ, ਮੈਂ ਤਾਂ ਕਰ ਦਿੰਦਾ ਮਿੱਟੀ ਪਲੀਤ। ਚੱਲ ਠੀਕ ਹੈ ਬਾਬਾ ਜੀ, ਕੋਈ ਗੱਲ ਨਹੀਂ, 5100 ਤਾਂ ਮੈਂ ਲਿਆ ਦਿੰਦੀ ਹਾਂ, ਮੇਰੇ ਕੋਲ ਹੁਣ ਤਾਂ ਹੈ ਨਹੀਂ ਬਾਬਾ ਜੀ, ਹੁਣ ਤਾਂ ਮੈਂ 1500-1600 ਰੁਪਇਆ ਲੈ ਕੇ ਆਈ ਸੀ। ਕਿਸੇ ਤੋਂ ਗੂਗਲ ਪੇ ਕਰਾ ਦਿਓ ਬੱਚਾ, ਗੂਗਲ ਪੇ ਵੀ ਚੱਲਦਾ ਬਾਬਿਆਂ ਕੋਲੇ। ਅੱਛਾ ਬਾਬਾ ਜੀ, ਗੂਗਲ ਪੇ ਰਾਹੀਂ ਵੀ ਮੱਥਾ ਟੇਕਿਆ ਜਾਊਗਾ ਜੀ? ਜਿਵੇਂ ਮਰਜ਼ੀ ਟੇਕੋ ਬੱਚਾ,
ਫੋਨ ਪੇ, ਗੂਗਲ ਪੇ, ਪੇਟੀਐਮ, ਬਾਬਿਆਂ ਕੋਲ ਸਾਰੀਆਂ ਸਹੂਲਤਾਂ ਹੈਗੀਆਂ। ਫਿਰ ਬੀਬੀ 4000 ਰੁਪਈਆ ਕਿਸ਼ਤ ਵਾਲਾ ਆਪਣੇ ਮੋਬਾਈਲ 'ਚ ਹੈਗਾ ਮੇਰੇ ਗੂਗਲ ਪੇ 'ਚ। ਫਿਰ ਬੱਚਾ ਤੂੰ ਗੂਗਲ ਪੇ ਕਰ ਦੇ 4000 ਰੁਪਈਆ ਬਾਬਿਆਂ ਨੂੰ, 1100 ਰੁਪਇਆ ਤੁਸੀਂ ਊਂ ਮੱਥਾ ਟੇਕ ਦਿਓ। ਹਾਂ ਫਿਰ ਬੱਜੀ ਤੈਂ ਕਰ ਲੈ ਜਿਵੇਂ ਕੋਈ ਹੁੰਦਾ ਹੱਲ। ਹੈਲੋ ਬਾਬਾ ਜੀ, ਨੰਬਰ ਭਰ ਲਿਆਓ ਬੱਚਾ, ਲਿਆਓ ਲਓ ਬੱਚਾ। ਲਓ ਬਾਬਾ ਜੀ ਚੈੱਕ ਕਰਿਓ, ਆ ਗਏ ਪੈਸੇ। ਕੋਈ ਗੱਲ ਨਹੀਂ ਬੱਚਾ, ਆ ਜਾਣਗੇ, ਬਾਬਿਆਂ ਦੇ ਪੈਸੇ ਕਿਧਰੇ ਨਹੀਂ ਜਾਂਦੇ, ਆ ਗਏ ਹੋਣੇ ਆ, ਕੋਈ ਗੱਲ ਨਹੀਂ। ਬਸ ਤੁਸੀਂ ਬਾਕੀ ਰਹਿੰਦੇ ਨਗਦ ਮੱਥਾ ਟੇਕ ਦਿਓ। ਲੈ ਬਾਬਾ ਜੀ। ਬਸ ਅੱਜ ਤੋਂ ਤੁਹਾਡੇ ਸਰੀਕਾਂ ਦਾ ਮਾੜਾ ਟਾਈਮ ਸ਼ੁਰੂ। ਮੈਂ ਤੁਹਾਨੂੰ ਇੱਕ ਚੀਜ਼ ਦਿੰਦਾ ਗਾ। ਇਹ ਕੀ ਹੈ ਬਾਬਾ ਜੀ? ਇਹ ਮਸਾਣ ਹੈ, ਮਸਾਣ। ਕਿਸੇ ਲੋਟ ਆਪਦੇ ਸਰੀਕ ਦੇ ਸਿਰ ਉੱਤੋਂ ਦੀ ਵਾਰ ਕੇ ਇਹ ਸੂਏ 'ਚ ਸਿੱਟਣੇ ਨੇ। ਇਦੂ ਬਾਅਦ ਤੂੰ ਤੇਲ ਦੇਖੀ, ਤੇਲ ਦੀ ਧਾਰ ਦੇਖੀ, ਦਿਨੋ ਦਿਨ ਤੁਹਾਡੇ ਸਰੀਕਾਂ ਦਾ ਖਾਤਮਾ ਤੁਹਾਡੇ ਸਾਹਮਣੇ ਹੋਊਗਾ। ਬਰਫ਼ ਵਾਂਗੂ ਖੁਰਦੇ ਜਾਣਗੇ, ਬਰਫ਼ ਵਾਂਗੂ। ਬਸ ਠੀਕ ਹੈ ਬਾਬਾ ਜੀ। ਮੈਨੂੰ ਕਹਿੰਦੇ ਬਾਬਾ ਗੁਰਮੀਤ, ਮੈਂ ਤਾਂ ਕਰ ਦਿੰਦਾ ਮਿੱਟੀ ਪਲੀਤ। ਜਾਓ ਐਸ਼ ਕਰੋ ਬੱਚਾ। ਚੰਗਾ ਬਾਬਾ ਜੀ, ਚੰਗਾ ਬਾਬਾ ਜੀ। ਆਉਣਾ ਤਾਂ ਹੈਗਾ ਸੀ ਉਹਨਾਂ ਨੇ ਵੀ, ਆਉਣਾ ਸੀ। ਪਹਿਲਾਂ ਤਾਂ ਪ੍ਰੋਗਰਾਮ ਸੀਗਾ ਸਾਡਾ ਇਕੱਠਿਆਂ ਦਾ ਆਉਣ ਦਾ। ਅੱਛਾ। ਫਿਰ ਹੁਣ ਉਹ ਮੰਮੀ ਦਾ ਆਪਰੇਸ਼ਨ ਕਰਾਏ ਕਰਕੇ ਦੇਖ, ਤਾਂ ਕਰਕੇ ਅੱਜ ਦਿਖਾਉਣ ਜਾਣਾ ਸੀ ਉਧਰ। ਅੱਛਾ, ਦੁਬਾਰੇ? ਹਾਂ, ਦੁਬਾਰੇ ਦਿਖਾਉਣ ਜਾਣਾ ਸੀ। ਬਲਜੀਤਾ ਕਹਿੰਦੀ ਚੱਲ ਮੈਂ ਵਗ ਜਾਂਦੀ ਉਧਰ ਨਾਲ ਵੀ, ਚੱਲ ਤੂੰ ਭੱਜ ਕੇ ਗੇੜਾ। ਅੱਛਾ, ਉਹ ਭੈਣ ਆਈ ਹੋਈ ਹੈ? ਹਾਂ, ਭੈਣ ਆਈ। ਅੱਛਾ ਅੱਛਾ ਅੱਛਾ। ਉਹਦਾ ਚੱਲ ਬਾਹਲਾ ਵਧੀਆ ਹੋ ਗਿਆ ਵਿਚਾਰੇ, ਭੀਮ ਡਾਕਟਰ ਦੀ ਤੁਸੀਂ ਦੱਸ ਪਾਤੀ ਜਿਹੜੀ, ਨਹੀਂ ਤਾਂ ਕਿਸੇ ਨੇ ਹੱਥ ਹੀ ਨਹੀਂ ਪਾਇਆ ਸੀ ਮੰਮੀ ਦੇ ਆਪਰੇਸ਼ਨ ਨੂੰ ਤਾਂ ਹੁਣ ਤੱਕ। ਹੋਰ ਸਾਰੇ ਜਵਾਬ ਦੇਈ ਬੈਠੇ ਸੀ ਕਿਰੇ ਸੀ ਬਠਿੰਡੇ ਤੱਕ। ਨਾ, ਡਾਕਟਰ ਬਹੁਤ ਵਧੀਆ ਭੈਣੇ ਉਹਨੇ ਵਿਚਾਰੇ ਨੇ, ਚੱਲ ਮਾਨਸਾ ਵਾਲੇ ਉਹਦੀ ਪਿਊਸ਼ ਦੀ ਦੱਸ ਪਾਤੀ ਵਧੀਆ, ਭਈ ਉਹਨੇ ਬਹੁਤ ਸੋਹਣਾ ਆਪਰੇਸ਼ਨ ਕਰਤਾ। ਅੱਛਾ, ਵਧੀਆ ਹੋ ਗਿਆ। ਜਦ ਤੱਕ ਹੋਇਆ ਨਹੀਂ। ਅੱਛਾ, ਸਾਨੂੰ ਪੂਰਾ ਡਰ ਰਿਹਾ, ਫਿਕਰ ਰਹਿੰਦਾ ਵੀ ਸਾਰਿਆਂ ਨੇ ਜਵਾਬ ਦਿੱਤਾ ਹੋਇਆ। ਹਾਂ, ਜਵਾਬ ਦਿੱਤਾ। ਉਮਰ ਵੱਡੀ ਹੋ ਗਈ ਸੀ, ਹੋਰ ਉਮਰ ਵੱਡੀ ਹੋ ਗਈ। ਅੱਖਾਂ ਤੋਂ ਬਿਨਾਂ ਕੀ ਬਣਦਾ? ਹਾਂ, ਬਾਲਾ ਔਖਾ ਸੀ, ਬਹੁਤ ਔਖਾ। ਅੱਖਾਂ ਤੋਂ ਬਿਨਾਂ ਖਤਮ ਹੋ ਗਿਆ ਸੀ ਜਮੀ, ਵਕਤ ਦਾ ਜਮੀ ਖਤਮ ਹੋ ਗਈ। ਅੱਖਾਂ ਗਈਆਂ ਜਹਾਨ ਗਿਆ, ਅਗਲਾ ਕਹਿੰਦੇ। ਇਹ ਤਾਂ ਬਾਲਾ ਪੁੰਨ ਦਾ ਕੰਮ ਹੈ, ਡਾਕਟਰ ਵੀ ਜਿਹੜਾ ਅੱਖਾਂ ਵਾਲਾ ਕੰਮ ਹੈ, ਜਿਹੜਾ ਬਹੁਤ ਪੁੰਨ ਦਾ ਕੰਮ ਹੈ। ਤਾਂ ਬਲਜੀਤ ਕਹਿੰਦੀ ਚੱਲ ਤੂੰ ਜਾ ਆਇਆ, ਕਹਿੰਦੀ ਚੱਲ ਮੈਂ ਹੈਗੀ ਹਾਂ ਉਰੇ। ਅੱਛਾ, ਚੱਲ ਵਧੀਆ ਕਰਿਆ। ਹੁਣ ਤਾਂ ਪੱਟੀ ਲਾ ਕੇ ਪਤਾ ਲੱਗ ਗਿਆ ਹੁਣ ਮਾਸੀ ਨੂੰ। ਹਾਂ, ਦਿਸਨ ਦਾ ਪੂਰਾ ਪੂਰਾ ਵਧੀਆ ਸਾਨੂੰ ਸੁਣਨ ਲੱਗੀ ਹੋਣੀ। ਹਾਂ ਹਾਂ, ਅੱਗੇ ਤਾਂ ਤੱਕ ਸੁਧੀ ਪਛਾਣ ਲੈਂਦੀ ਸੀ। ਹੋਰ ਹੋਰ ਨਾ, ਹੋਰ ਹੋਰ ਪਛਾਣ ਲੈਂਦੀ ਹੈ। ਪਤਾ ਨਹੀਂ ਲੱਗਦਾ ਤੇ ਉਹਨੂੰ। ਚੱਲ ਵਧੀਆ ਬਣੇ, ਅਸੀਂ ਤਾਂ ਧੰਨਵਾਦ ਕਰਦੇ ਹਾਂ ਵਿਚਾਰੀ ਭੀਮ ਡਾਕਟਰ ਦਾ ਵੀ, ਦੂਜੇ ਦਾ ਵੀ ਜਿਹਨੇ ਕਰਿਆ। ਹੋਰ ਹੋਰ ਵਧੀਆ, 10 ਪੈ ਗਏ ਚੱਲ ਆਪਾਂ ਬੱਗੇ। ਹੋਰ ਨਹੀਂ ਬੈਠੇ ਸੀ ਟਿਕੇ ਵੀ, ਕਿਸੇ ਨੇ ਹੱਥ ਸ਼ੂਗਰ ਕਰਕੇ ਪਾਈ। ਹੋਰ ਹੋਰ, ਇੰਨਾ ਸ਼ੂਗਰ ਹੈ। ਹਾਂ, ਅਸੀਂ ਤਾਂ ਪਹਿਲੇ ਦਿਨ ਭੀਮ ਡਾਕਟਰ ਦੇ ਜਾਂਦੇ ਆ ਬਣੇ, ਤਾਂ ਹੀ ਤੁਹਾਨੂੰ 10 ਪਾਈ ਤੀ। ਚੱਲ ਹੋਰ ਬਾਈ, ਵਧਾਈਆਂ ਫਿਰ ਤੈਨੂੰ ਜ਼ਮੀਨ ਦੀਆਂ ਹੈ। ਅੱਛਾ, ਹਾਂ ਵਧਾਈਆਂ ਭੈਣੇ, ਤੈਨੂੰ ਵੀ ਵਧਾਈਆਂ। ਉਹ ਤਾਂ ਮੈਂ ਦੇਤੀਆਂ ਸੀ ਫੋਨ ਤੇ ਵਧਾਈਆਂ ਸੀ ਨੇ ਤੁਹਾਨੂੰ। ਹਾਂ ਹਾਂ, ਦੱਸਿਆ ਤੀ ਮੈਂ ਇਹਨਾਂ ਨੂੰ। ਚੱਲ ਹੁਣ ਤਾਂ ਫਿਰ 6 ਕਿੱਲਿਆਂ ਦੇ ਨੇੜੇ ਤੇੜ ਹੋ ਗਏ ਹਨਾ। ਹਾਂ, 6 ਕਿੱਲੇ ਵਾਂਗੂ ਹੀ ਹੋ ਗਏ ਬਸ ਆਪਣੇ ਕੋਲੇ। ਚੱਲ ਵਧੀਆ ਬਾਈ, ਪਰਮਾਤਮਾ ਤਰੱਕੀਆਂ ਬਖਸ਼ੇ ਤੈਨੂੰ, ਮਿਹਨਤ ਕਰਦਾ ਜਿਹੜੀ ਇੰਨੀ। ਹੋਰ ਹੋਰ, ਬਸ ਐਂ ਹੈਗਾ ਮੰਮੀ, ਮੈਂ ਤਾਂ ਐਂ ਸੋਚਦਾ ਸੀ ਜੇ ਬਾਪੂ ਅੱਜ ਜਿਉਂਦਾ ਹੁੰਦਾ, 1.5 ਸਾਲ ਹੋ ਗਿਆ ਵਿਚਾਰੇ ਨੂੰ ਤੁਰੇ ਨੂੰ, ਕਿੰਨਾ ਖੁਸ਼ ਹੁੰਦਾ ਵੀ ਮੇਰੇ ਪੁੱਤ ਨੇ ਅੱਜ ਹੋਰ ਜ਼ਮੀਨ ਵਧਾ ਲਈ। ਕੀ ਕਰੀਏ ਬਾਈ, ਫਿਰ ਆਪਣੇ ਹੱਥ ਵਸ ਤਾਂ ਹੈ ਨਹੀਂ ਸੀ, ਆਪਾਂ ਨੂੰ ਕਿਹੜਾ ਪਤਾ ਸੀ ਵੀ ਐਂ ਚੰਗੇ ਭਲੇ ਨੂੰ ਅਟੈਕ ਹੋ ਜਾਊਗਾ ਉਹਨੂੰ। ਸਹੀ ਗੱਲ ਹੈ ਭੈਣੇ ਤੇਰੀ, ਉਹ ਕਹਿੰਦੇ ਹੁੰਦੇ ਨਾ ਅਰਮਾਨ ਤਾਂ ਕਿ ਬੰਦੇ ਦੇ ਪੂਰੇ ਨਹੀਂ ਹੁੰਦੇ ਹੁੰਦੇ, ਬੰਦਾ ਪੂਰਾ ਹੋ ਜਾਂਦਾ ਕਿਤੇ ਤਾਂ ਰੂਹ ਵਿੱਚ ਬੈਠਿਆਂ ਦੀ ਹੁੰਦੀ ਹੋਊ ਉਹਨਾਂ ਦੀ, ਦੇਖਦੇ ਹੋਣਗੇ ਕਿਤੇ ਬੈਠੇ। ਸਹੀ ਗੱਲ ਹੈ ਬਾਈ, ਸਹੀ ਗੱਲ ਹੈ। ਚੱਲ ਬਾਈ, ਤੂੰ ਆਪਦੀ ਮਿਹਨਤ ਕਰਦਾ ਰਹਿ, ਜਦੋਂ ਲਾਦ ਸੌਖੀ ਹੋਵੇ ਮਾਂ ਬਾਪ ਦੀ ਤਾਂ ਆਪੀ ਰੂਹ ਖੁਸ਼ ਰਹਿੰਦੀ ਹੈ। ਹੋਰ ਹੋਰ, ਇਹੀ ਤਾਂ ਗੱਲ ਹੈ।
ਚਾਹ ਬਣਾ ਕੇ ਲਿਆਉਣੀ ਆ ਭੈਣੇ। ਲਿਆ ਚਾਹ ਬਣਾ ਲਿਆ। ਖੁਸ਼ੀ ਹੋਰ ਕਿੱਧਰ ਜਾ ਰਹੀਆਂ? ਆ ਬਾਹਰੇ ਗਈਆਂ ਨੇ ਏਕਮ ਕੋਲੇ। ਠੀਕ ਠਾਕ ਨੇ, ਵਧੀਆ ਨੇ। ਚੱਲ ਚਾਹ ਪੀ ਕੇ 10 ਮਿੰਟ ਜਾ ਕੇ ਆਉਣੀ ਉਧਰ ਵੀ। ਹਾਂ ਜਾਏ ਨਹੀਂ ਰਹੇਗੀ ਫਿਰ ਅੱਜ ਤਾਂ ਨਾ? ਰਹਿੰਦੀ ਨਹੀਂ ਹੈਗੀ ਬਾਈ, ਫਿਰ ਔਖਾ ਹੁਣ ਇੱਕ ਜਣੀ ਨੂੰ ਕੰਮ ਸਾਂਭਣਾ ਪੈਂਦਾ, ਇੱਕ ਜਣੀ ਬੀਬੀ ਤੇ ਹੁੰਦੀ। ਅੱਛਾ, ਔਖਾ ਹੋ ਜਾਂਦਾ। ਚੱਲ ਕੋਈ ਨਾ, ਫੇਰ ਮਾਰ ਲਿਓ ਗੇੜਾ, ਫੇਰ ਆ ਜਾਣੀ ਮੜਾ, ਫੇਰ ਰਾਤ ਲਾ ਕੇ ਜਾਣਾ। ਪੂਆ ਜੋਤ ਨੂੰ ਨਾਲ ਲੈ ਆਉਂਦੇ, ਵਧੀਆ ਸੀ ਖੇਡ ਲੈਂਦੇ। ਜੋਤ ਫੇਰ ਆਊਗੀ ਬੁੱਤ, ਹੁਣ ਬੀਬੀ ਦੇ ਆਪਰੇਸ਼ਨ ਕਰਕੇ ਫੇਰ ਕੱਲੀ ਆ ਪੂਆ ਕੋਲੇ। ਫੇਰ ਆਉਣਗੇ ਪੇਪਰਾਂ ਤੋਂ ਬਾਅਦ, ਜਦੋਂ ਇੱਥੇ ਆ ਗਏ ਉਦੋਂ ਬਾਅਦ ਤੁਸੀਂ ਵਗ ਜਾਓ ਮੇਰੇ ਕੋਲੇ, ਚੰਗਾ? ਸਾਰੇ ਜਣੇ ਤੁਸੀਂ ਲਾਇਓ। ਹੋਰ ਹੋਣਗੀਆਂ 5-7 ਛੁੱਟੀਆਂ ਤੇ? ਹਾਂ ਹੋਣਗੀਆਂ, ਇੰਨੀਆਂ ਕਿ ਤਾਂ ਬਾਈ ਹੁੰਦੀਆਂ ਨੇ। ਐਂ ਕਰ ਦਿਓ। ਚੰਗਾ ਇੱਕ ਤੂੰ ਵੀ ਆ ਜੀ ਬੁੱਤ, ਲਾ ਲੈ ਜਾਓ ਜੋਤੀ, ਉੱਧਰ ਲੈ ਜਾਓ ਪੁੱਤ, ਮੰਮਾ ਕੋਲੇ ਖਾ ਲਓ। ਹੋਰ ਫਿਰ ਅੱਜ ਤਾਂ ਰਹਿੰਦੀ ਹੋਣੀ ਮੰਮੀ? ਨਾ ਚਾਚੀ, ਦੱਸ ਕੇ ਤਾਂ ਹਟੀਆਂ ਤੈਨੂੰ, ਰਿਹਾ ਤਾਂ ਕਿੱਥੇ ਜਾਂਦਾ? ਅੱਛਾ, ਸੱਚ ਵਧਾਈਆਂ ਤੈਨੂੰ, ਜੱਸੇ ਨੇ ਜ਼ਮੀਨ ਲੈ ਲਈ। ਹਾਂ ਚਾਚੀ, ਸੋਨੂੰ ਵੱਡਿਆਂ ਨੂੰ ਵਧਾਈਆਂ ਪਹਿਲਾਂ। ਹਾਂ ਸੱਚ ਭੈਣੇ, ਵਧਾਈਆਂ ਤੈਨੂੰ, ਤੈਨੂੰ ਵੀ ਸਵਾ ਵਧਾਈਆਂ ਬਲਜੀਤ। ਚੱਲ ਜਦੋਂ ਆਪਦਾ ਧੀ ਪੁੱਤ ਕੋਈ ਤਰੱਕੀ ਕਰਦਾ ਪੁੱਤ, ਮਨ ਨੂੰ ਖੁਸ਼ੀ ਤਾਂ ਹੁੰਦੀ ਹੋਈ ਹੈ, ਜੱਸਾ ਹੋਇਆ ਕਿ ਰਾਜਾ ਹੋਇਆ, ਇੱਕੋ ਹੀ ਗੱਲ ਹੈ। ਹਾਂ ਇਹ ਗੱਲ ਤਾਂ ਹੈਗੀ ਹੈ ਚਾਚੀ, ਨਾਲੇ ਬੇਬੇ ਬਾਪੂ ਤੋਂ ਬਾਅਦ ਸਾਡਾ ਹੈ ਵੀ ਕੌਣ ਹੈ, ਤੂੰ ਹੀ ਹੈ ਚਾਚੀ ਸਾਡੀ ਤਾਂ। ਹਾਂ ਸਹੀ ਗੱਲ ਹੈ ਤੇਰੀ। ਹੋਰ ਰਾਜਾ ਬਾਈ ਤਾਂ ਖੇਤ ਹੋਊਗਾ ਬਲਜੀਤ ਭਾਬੀ, ਹੈ? ਹਾਂ ਭੈਣੇ, ਖੇਤ ਗਏ ਹੋਏ ਨੇ। ਚੱਲ ਚੰਗਾ ਫਿਰ, ਮੈਂ ਤਾਂ ਜਾਂਦੀ ਹਾਂ, ਮੈਨੂੰ ਤਾਂ ਐਂ ਸੀ ਰਾਜਾ ਬਾਈ ਘਰੇ ਹੋਊਗਾ, ਚਾਹ ਵੀ ਮੈਂ ਤਾਂ ਹੀ ਬਣਵਾ ਲਈ, ਨਹੀਂ ਤਾਂ ਮੈਂ ਪੀ ਕੇ ਆਈ ਸੀ ਚਾਹ। ਚੱਲ ਬਹਿ ਜਾ, ਹੋਰ 10 ਮਿੰਟ ਫੋਨ ਕਰ ਦਿੰਦੀ ਹਾਂ, ਸੱਦ ਲੈਂਦੀ ਹਾਂ। ਚੱਲ ਫੋਨ ਨੂੰ ਤਾਂ ਕੀ ਆ, ਆਉਂਦੀ ਹੋ ਰਹਿੰਦੀ ਹਾਂ, ਫਿਰ ਗੇੜਾ ਵੱਜਿਆ ਜੀ ਦੁੱਧ ਮਿਲ ਜੂਗੀ। ਚੰਗਾ ਚਾਚੀ ਫਿਰ। ਚੰਗਾ ਪੁੱਤ। ਚੰਗਾ ਚੰਗਾ। ਫਿਰ ਉਹਨਾਂ ਨੇ ਚਾਹ ਬਣਾ ਲਈ ਮੱਲੋ ਮੱਲੀ। ਬਲਜੀਤ ਕਹਿੰਦੀ ਰਾਜਾ ਆਉਂਦਾ ਹੋਊਗਾ ਖੇਤੋਂ, ਕਹਿੰਦੀ ਚੱਲ ਉਹਨੂੰ ਡੀਕ ਕੇ ਵਗ ਜੀ, ਉਹ ਤਾਂ ਆਇਆ ਹੀ ਨਹੀਂ। ਮੈਂ ਕਿਹਾ ਭਾਈ ਫਿਰ ਮੈਂ ਤਾਂ ਜਾਵਾਂ, ਮੈਂ ਕਿਹਾ ਵੀ ਜਾਣਾ ਹੋਊਗਾ ਆਪਦੇ ਠਿਕਾਣੇ ਤੇ। ਲੈ ਬਾਈ ਮੈਨੂੰ ਚੜਾਇਆ ਫਿਰ, ਹੁਣ ਜਾਵੇਂਗੀ ਭੈਣੇ? ਚ ਰਹਿੰਦੀ ਨਹੀਂ ਰਹਿੰਦੀ ਨਾ, ਰਿਹਾ ਨਹੀਂ ਜਾਂਦਾ ਭਾਬੀ, ਫੇਰ ਆਉਂਦੀ। ਹੁਣ ਤਾਂ ਤੈਨੂੰ ਪਤਾ ਵੀ ਮੰਮੀ ਕਰਕੇ ਔਖਾ ਦੇਖੋ, ਉਹ ਵਿਚਾਰੀ ਹੁਣ ਉਹਦੇ ਲਵੇ ਬਹਿੰਦੀ ਹੈ, ਤਾਂ ਮੈਂ ਉਤਲਾ ਕਰ ਲੈਂਦੀ। ਅੱਛਾ ਚੱਲ ਕੋਈ ਤਾਂ, ਫੇਰ ਉਸ ਐ ਮੁੰਡੇ ਦੇ ਪੇਪਰ ਚੱਲੀ ਜਾਂਦੇ ਨੇ। ਅੱਛਾ ਬਲਜੀਤ ਜਵਾਕਾਂ ਨੂੰ ਭੇਜ ਦੂੰਗੀ ਮੈਂ। ਹਾਂ ਹਾਂ ਇਹ ਕਰ ਲੈ, ਬਲਜੀਤ ਦੇ ਮੁੰਡੇ ਦੇ ਪੇਪਰ ਚੱਲੀ ਜਾਂਦੇ ਨੇ। ਅੱਛਾ ਅੱਛਾ, ਹਾਂ ਕੀ ਹੈ ਫਿਰ, ਜਾਣਾ ਪੈ ਜਾ ਅਗਲੇ ਜਦੋਂ ਦਿਖਾ ਕੇ ਆਵਾਂਗੇ ਦੁਬਾਰੇ, ਇੱਕ ਵਾਰੀ ਫੇਰ ਜਾਣਾ ਉਹਨੇ। ਪੇਪਰ ਤਾਂ ਸਾਰਿਆਂ ਦੇ ਮਗਰ ਮੂਰੇ ਚੱਡੀ ਹੋ ਜਾਂਦੇ ਨੇ ਜਵਾਕਾਂ ਦੇ, ਆਪਣੇ ਆਂਦੇ ਚੱਲੇ ਜਾਂਦੇ ਨੇ ਅੱਜ ਛੁੱਟੀ ਤੇ। ਹੋਰ ਹੋਰ ਮੈਂ ਚੜਾਇਆ ਫਿਰ। ਚੱਲ ਚੰਗਾ, ਚੱਲ ਗੱਡੀ ਤੇ ਚੜਾਓ ਪੈਣ। ਨਾ ਨਾ, ਸਕੂਟਰੀ ਲੈ ਚਲਾਂਗੇ, ਗੱਡੀ ਕਿੱਥੇ ਖੜੀ ਸੀ ਦਾ ਤੁਰੇ ਫਿਰ ਗੱਡੀ। ਚੱਲ ਉਹ ਖੜੀ ਹੈ ਸਕੂਟਰੀ ਤੇ, ਲਫਾਫਾ ਤੇਰਾ ਇੱਧਰ ਪੇ ਬਣੇ। ਹਾਂ ਅੰਦਰ ਹੀ ਸੀ। ਚੱਲ ਲਿਆ ਫਿਰ। ਕਿੱਥੇ ਤੇਰਾ ਤੇ ਮੰਥਿਆ ਨਹੀਂ ਹੈਗਾ। ਮੇਰੀ ਗੱਲ ਸੁਣ ਰਾਜੇ, ਅਸੀਂ ਤਾਂ ਹਫ਼ਤੇ ਦੇ ਲਿਆਈ ਬੈਠੇ ਹਾਂ ਬਾਬੇ ਤੋਂ ਮਸਾਣ, ਤੂੰ ਕਿਸੇ ਲੋਟ ਜੱਸੇ ਨੂੰ ਆਪਣੇ ਘਰੇ ਲੈ ਕੇ ਆ। ਉਹ ਤਾਂ ਆਪਣੇ ਘਰੇ ਆਈ ਨਹੀਂ ਕਿੰਨੇ ਦਿਨਾਂ ਦਾ, ਮੈਨੂੰ ਗਲੀ 'ਚ ਟੱਕਰਿਆ ਤੀ ਲੰਘਦਾ, ਮੈਂ ਉਦੋਂ ਜ਼ਮੀਨ ਦੀਆਂ ਵਧਾਈਆਂ ਦਿੱਤੀਆਂ ਤੀਆਂ ਉਹਨੂੰ। ਮੈਂ ਉਹਨੂੰ ਕਿਹਾ ਵੀ ਧੀ ਵੀ ਘਰੇ ਆ ਜਾ, ਕਹਿੰਦਾ ਮੈਂ ਤਾਂ ਕਾਲੀ 'ਚ ਹਾਂ, ਆਈ ਨਹੀਂ ਹੈਗਾ। ਕਿਸੇ ਲੋਟ ਤਾਂ ਹੁਣ ਉਹ ਘਰੇ ਲਿਆਉਣਾ ਪਊਗਾ, ਲਿਆ ਉਹਨੂੰ ਘਰੇ ਆਪਣੇ। ਸਹੀ ਗੱਲ ਹੈ ਬੇਬੇ ਦੀ, ਉਹਨੂੰ ਤੁਸੀਂ ਆਪਣੇ ਘਰੇ ਲੈ ਕੇ ਆਓ, ਜੇ ਬੇਬੇ ਉੱਥੇ ਜਾਂਦੀ, ਉੱਥੇ ਸੁਖਪਾਲ ਹੈ, ਉਹਨੂੰ ਪਤਾ ਲੱਗ ਜੂ, ਕਈ ਵਾਰੀ ਬੰਦੇ ਦੀ ਨਿਗਾਹ ਪੈ ਜਾਂਦੀ ਹੁੰਦੀ ਹੈ, ਉਰੇ ਲਿਆਉਣਾ ਪਊਗਾ ਆਪਣੇ ਘਰੇ ਉਹਨੂੰ। ਹੋਰ ਆ, ਤਾਂ ਹੀ ਤਾਂ ਮੈਂ ਕਹਿੰਦੀ ਹਾਂ, ਜੇ ਉਹ ਆਪਣੇ ਘਰੇ ਆਵੇ ਤਾਂ ਲੋਟ ਆਊ ਆਪਣਾ ਕੰਮ। ਚੱਲ ਠੀਕ ਹੈ ਫਿਰ, ਜਦੋਂ ਹੁਣ ਤੁਸੀਂ ਪੈਸੇ ਲਾ ਹੀ ਆਈਆਂ, ਮੈਂ ਲੈ ਆਊਂਗਾ ਉਹਨੂੰ ਕਿਸੇ ਬਹਾਨੇ ਨਾਲ ਘਰੇ। ਚੱਲ ਠੀਕ ਹੈ ਫਿਰ, ਲਿਆਈ ਘਰੇ ਆਪਣੇ। ਕੋਈ ਨਹੀਂ, ਆ ਜਾ ਬਈ। ਲੈ ਆ ਗਿਆ ਬੀਬੀ ਜੱਸਾ ਤਾਂ।
ਜਬਲਜੀਤ ਚਾਹ ਕਰਕੇ ਲਿਆ ਬਸ ਆਈ ਆ ਚਾਚੀ ਪਹਿਲਾਂ ਤਾਂ ਜ਼ਮੀਨ ਦੇ ਚੱਕਰ ਜਿਹੇ ਚ ਫਿਰਦੇ ਰਹੇ ਉਧਰੋਂ ਮੈਨੂੰ ਐ ਤੀ ਕਿਤੇ ਸੌਦਾ ਲੰਘ ਨਾ ਜਾਵੇ ਉਧਰ ਪਕਾਈ ਹੋਈ ਖਾਸੀ ਹੋਰ ਉਹਦੇ ਪੁੱਤ ਜਿੱਦੇ ਤੂੰ ਲੰਘਿਆ ਤੂੰ ਕਾਲੀ ਚ ਤੀ ਮੈਂ ਤੈਨੂੰ ਵਧਾਈਆਂ ਤਾਂ ਦਿੱਤੀਆਂ ਨਹੀਂ ਦੇਖ ਜ਼ਮੀਨ ਦੀਆਂ ਹਾਂ ਚਾਚੀ ਉਹਦੇ ਮੈਂ ਕਾਲੀ ਚ ਤੀ ਮਾੜਾ ਆ ਕੋਈ ਬੰਦਾ ਡਿੱਕੀ ਜਾਂਦਾ ਤੀ ਮੈਨੂੰ 5,000 ਰੁਪਇਆ ਲੈ ਗਿਆ ਤੀ ਕੋਈ ਧਾਰਾ ਉਹ ਤੋਂ ਪੈਸੇ ਫੜਨੇ ਸੀਗੇ ਤਾਂ ਹੀ ਮੈਂ ਇੱਥੋਂ ਤੋਂ ਖੜਿਆ ਨਹੀਂ ਗਿਆ ਤੇਰੇ ਕੋਲੇ ਵਾਲਾ ਚਿਰ ਚੱਲ ਕੋਈ ਗੱਲ ਨਹੀਂ ਪੁੱਤ ਉਹ ਤਾਂ ਜਾਣਾ ਹੀ ਸੀ ਜਦੋਂ ਮੂਹਰੇ ਤੈਨੂੰ ਬੰਦਾ ਡਿੱਕੀ ਜਾਂਦਾ ਤੀ ਚੱਲ ਕੋਈ ਗੱਲ ਨਹੀਂ ਪੁੱਤ ਤੁਸੀਂ ਮਾਰ ਲਓ ਗੱਲਾਂ ਮੈਂ ਆਉਣੀ ਆ ਠੀਕ ਹੈ ਚਾਚੀ ਕੋਈ ਨਾ ਹੋਰ ਸੁਣਾ ਫਿਰ ਰਾਜੀ ਵਧੀਆ ਠੀਕ ਠਾਕ ਹੈ ਤੂੰ ਦੱਸ ਕਿਵੇਂ ਲਾਤਾ ਪਾਣੀ ਪੂਣੀ ਹਾਂ ਹਾਂ ਪਾਣੀ ਲਾਤਾ ਚਲੋ ਵਧੀਆ ਕਰਿਆ ਉਹਦੇ ਜਿੱਦੇ ਨੇਰੀ ਜੀ ਬਾਲੀ ਸੀਗੀ ਉਹਦੇ ਡੀਕ ਕੇ ਦੂਜੇ ਦਿਨ ਲਾਇਆ ਫਿਰ ਅੱਛਾ ਮਹਾਂ ਵੀ ਅੱਜ ਲਾ ਦਿੰਦੇ ਕੁਛ ਨਹੀਂ ਹੁੰਦਾ ਜਹਾ ਅੱਜ ਬੰਦ ਹੈ ਹਾਂ ਹਾਂ ਚਲ ਆ ਤਾਂ ਵਧੀਆ ਹੋ ਗਿਆ ਤੇਰਾ ਜ਼ਮੀਨ ਵਾਲਾ ਤਾਂ ਹਨਾ ਹਾਂ ਬੜਾ ਵਧੀਆ ਹੋ ਗਿਆ ਤਾਂ ਲੋਟ ਆ ਗਿਆ ਤੇਰੇ ਵਧੀਆ ਹੋਰ ਕਈ ਘਰ ਫਿਰਦੇ ਸੀਗੇ ਫਿਰਦਾ ਫਿਰ ਵਾਲਾ ਭਾਈ ਤਾਂ ਹੈਗੀ ਬਾਕੀ ਉਹਨੇ ਮੂੰਹ ਮਲਾ ਜਿਹਾ ਰੱਖਿਆ ਆਪਣਾ ਰਾਜੂ ਨੇ ਉਹਨੇ ਕਿਹਾ ਹੋਇਆ ਤੇ ਮੈਨੂੰ ਬਾਕੀ ਪਹਿਲਾਂ ਨਾ ਉਹ ਜਵਾਨ ਵਾਲਾ ਬੰਦਾ ਭਾਜਦਾ ਨਹੀਂ ਹਾਂ ਭਾਜਦਾ ਨਹੀਂ ਹਾਂ ਕੰਪਿਊਟਰ ਕਰਾ ਦੇ ਫਿਰ ਤੂੰ ਦੁੱਲੇ ਕਹਿ ਦੁਲਵਾ ਲਈ ਹਾਂ ਉਹਨਾਂ ਤੇ ਲਵਾਉਂ ਹਾਂ ਨਾਲੇ ਉਹ ਸਿਰੇ ਨਹੀਂ ਜਾਂਦੇ ਨਾ ਨਾ ਬਹੁਤ ਵਧੀਆ ਨੇ ਬੰਦੇ ਹਾਂ ਤੇ ਮਰਜ਼ੀ ਕਰ ਲਈ ਉਹਨਾਂ ਨਾਲ ਨਾ ਉਹ ਕਹਿਦੀ ਉਹਨਾਂ ਨੂੰ ਪਹਿਲਾਂ ਹੀ ਤੂੰ ਨਾ ਪਹਿਲਾਂ ਹੀ ਕਹਿ ਦਿਆਂਗੇ ਆਪਾਂ ਨੂੰ ਤਾਂ ਜਵਾਬ ਵੀ ਨਹੀਂ ਦਿੰਦੇ ਚਾਹੇ ਵਿਚਾਲੂ ਆਉਣਾ ਪੈ ਜੇ ਉਹਨਾਂ ਨੂੰ ਐਂ ਤਾਂ ਖਰ ਠੀਕ ਹੈ ਉਹ ਫਿਰ ਵੀ ਪਹਿਲਾਂ ਕਹਿ ਦੀ ਮਾਂ ਚੱਲ ਫਰਕ ਹੁੰਦਾ ਨਾ ਕਹਿ ਦੂੰਗਾ ਜ਼ੋਰ ਜਾ ਹੁੰਦਾ ਉਦੋਂ ਹੋਰ ਤਾਂ ਕੋਈ ਗੱਲ ਨਹੀਂ ਹੋਰ ਤਾਂ ਹੁੰਦਾ ਸੀਜ਼ਨ ਹੀ ਉਹ ਹੁੰਦਾ ਉਹਦਾ ਤਾਂ ਹਾਂ ਨਹੀਂ ਤਾਂ ਖੜੇ ਰਹਿੰਦਾ ਉਹ ਘਰੇ ਉਹੀ ਸੀਜ਼ਨ ਹੈ ਉਹਦਾ ਤਾਂ ਜਿਹੜਾ 20 ਦਿਨ ਮਹੀਨਾ ਹੁੰਦਾ ਫਿਰ ਪਾਣੀ ਪੂਣੀ ਦਾ ਕਿਵੇਂ ਪੈ ਜਾਂਦਾ ਹਾਂ ਹਾਂ ਅੱਛਾ ਪਾਣੀ ਤਾਂ ਪੈ ਜਾਂਦਾ ਪਰ ਮੈਂ ਉੱਚੀ ਕਹਿੰਦਾ ਸੀ ਫਿਰ ਕਿੱਧਰ ਦੀ ਪਾਣੀ ਚਾਰ ਕੁੰਗਲਾਂ ਦੇ ਫਰਕ ਹੈ ਅੱਛਾ ਕੋਈ ਬਾਲਾ ਨਹੀਂ ਚੱਲ ਦੇਖ ਲਈ ਫਿਰ ਉਹ ਤਾਂ ਇੱਧਰ ਪਾਈਪ ਲਾਈਨ ਦੇ ਲੋਟ ਆਉਂਦਾ ਐਂ ਦੇਖ ਲਈ ਨਾ ਲੋੜ ਹੀ ਨਹੀਂ ਜਦੋਂ ਬਸ ਇੱਕ ਪੱਟਾ ਬਣ ਗਿਆ ਫਿਰ ਕੀ ਲੋੜ ਹੈ ਆ ਫਿਰ ਤਾਂ ਉੱਥੋਂ ਤੁਰਤੋਂ ਛੱਡ ਦਿਆ ਕਰੀ ਫਿਰ ਤਾਂ ਤੁਰਤੋਂ ਫਿਰ ਤਾਂ ਲੋੜ ਹੀ ਨਹੀਂ ਫਿਰ ਤਾਂ ਕਹੀ ਚੱਕਣ ਦੀ ਲੋੜ ਨਹੀਂ ਹਾਂ ਫਿਰ ਉੱਥੇ ਮੋਟਰ ਕੋਲੋਂ ਛੱਡਤਾ ਨੱਕਾ ਹਾਂ ਚੱਲ ਮੈਂ ਤਾਂ ਤਖਤ ਪੋਸ ਤੇ ਬੈਠਾ ਤੇ ਉੱਥੇ ਤਾਂ ਜੀ ਖੱਡੀ ਜਾਂਦੇ ਤੇ ਉਹ ਉਹੀ ਬਹਿ ਗਿਆ ਲੱਭੇ ਉੱਥੇ ਰਾਜਾ ਆ ਗਿਆ ਉੱਥੇ ਗੱਲਾਂ ਬਾਤਾਂ ਮਾਰਦੇ ਰਹੇ ਫਿਰ ਮੈਨੂੰ ਕਹਿੰਦਾ ਆ ਜਾ ਚਾਹ ਬਣਾਉਂਦੇ ਆ ਘਰੇ ਲੈ ਗਿਆ ਮੈਨੂੰ ਅੱਛਾ ਫਿਰ ਚਾਹ ਪੀਣ ਵਗ ਗਿਆ ਹੋਰ ਹੋਰ ਚਾਚੀ ਠੀਕ ਦੀ ਹਾਂ ਠੀਕ ਦੀ ਚੱਲ ਵਧੀਆ ਤੇ ਆਈ ਤੀਗਾ ਬਸ ਮੈਂ ਕਿਹਾ ਚੱਲ ਖੇਤ ਵੀ ਕੰਮ ਨਹੀਂ ਹੈਗਾ ਅੱਜ ਕੋਈ ਐਡਾ ਹੈ ਨਹੀਂ ਤੇ ਖਾਸ ਅੱਛਾ ਮੈਂ ਤਾਂ ਪੈਣਾ ਅੰਦਰ ਯਾਰ ਘੰਟਾ ਨਾ ਲਾਂਦੇ ਪਹਿਲਾਂ ਪਾਣੀ ਗਰਮ ਕਰਿਆ ਪੈ ਤੀਗਾ ਨਾ ਨਾਉਣ ਨੂੰ ਤਾਂ ਕੀ ਹੈ ਫਿਰ ਬਣਾ ਲੂੰ ਹੱਥ ਨੇ ਜੇ ਚੱਲ ਠੀਕ ਹੈ ਪੈ ਜਾਓ ਮੈਂ ਵੀ ਬੱਚੇ ਨੂੰ ਉਧਰ ਵਾਂਦੀ ਤੀ ਮੈਂ ਹਵਾ ਚੱਲਦੀ ਹੈ ਕਿਤੇ ਠੰਡ ਨੂੰ ਲੱਗ ਜੇ ਇੱਕ ਤਾਂ ਗਿੱਦੇ 'ਚ ਬੈਠੇ ਥੱਲੇ ਉਦੋਂ ਧੁੱਪ ਜਵਾਂਦਾ ਨਹੀਂ ਵਾ ਉਧਰ ਉਹ ਕਣੀਆਂ ਕਰਕੇ ਹੋ ਗਈ ਠੰਡ ਜੀ ਲੈ ਹੋ ਖੜਾ ਬੰਦ ਹੋ ਖੜਾ ਫੋਸਲ ਜਾ ਹੋ ਖੜਾ ਉਹ ਖੜਾ ਓਪਲੇ ਇੱਧਰ 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 ਬੇਬੇ 2 ਮਿੰਟ ਠਹਿਰ ਨਹੀਂ ਸਕਦੀ ਲਾ ਲੈਣ ਦੇ ਪੋਚਾ ਦੇ ਦੇ ਕਰ ਮੜਾ ਇਹ ਸੁੱਕਣਾ ਨਾ ਫੇਰ ਕੀ ਹੋ ਗਿਆ ਜੇ ਪੋਚਾ ਲਾ ਲਿਆ ਹੁਣ ਮੈਂ ਅੰਦਰ ਨਾ ਵੜਾਂ ਅੰਦਰੋਂ ਵੜਨੋਂ ਵੀ ਹਟਾਵੇਂਗੀ ਅੰਦਰ ਵੀ ਗਿੱਲਾ ਬੇਬੇ ਪੱਖੇ ਛੱਡੇ ਨੇ ਮੜਾ ਮੋਟਾ ਸੁੱਕ ਤਾਂ ਜਾਣ ਦੇ ਉਹੀ ਹਾਲ ਕਰ ਦੇਂਗੀ ਤੇਰੇ ਤਾਂ ਰੋਜ਼ ਦਾ ਕੰਮ ਹੈ ਕੱਲ ਵੀ ਮੈਂ ਤਾਂ ਕੰਗਾ ਲੈਣ ਜਾਂਦੀ ਤੀ
ਕਾਲਜ ਜਾਣਾ ਤਾਂ ਬਿੰਦਕ ਨੂੰ ਲੇਟ ਪਾ ਲਈ ਸਿਰਾ, ਫਿਰ ਕੀ ਹੋ ਜੂਗਾ, 2 ਮਿੰਟ ਲੇਟ ਹੋ ਜਾਏਗੀ ਨਾ। ਫਿਰ ਕਾਲਜ ਨਹੀਂ ਜਾਣਾ, ਸਿਰ ਨਾ ਵਾਵਾ ਕਮਲੀ ਬਣ ਜਾ ਹੈ। ਪੋਚਾ ਸੁੱਕ ਜਾਣ ਦੇ, ਜੰਮੀ ਤੂੰ ਸਿਰੇ ਸਿਰ ਚੜ੍ਹਦੀ ਜਾਨੀ ਹੈ, ਨਾਲੇ ਐਂ ਚ ਪੇੜਾ ਕਿਵੇਂ ਮਾਰੇਗੀ ਤੂੰ? ਮਾਰੂਗੀ, ਮਾਰਨਾ ਆਉਂਦਾ ਮੈਨੂੰ, ਤੇਰਾ ਰੋਜ਼ ਦਾ ਹੀ ਕੰਮ ਹੋ ਗਿਆ, ਸਾਰਾ ਦਿਨ ਗਲ ਪਈ ਰਹਿੰਦੀ ਹੈ। ਇੱਧਰ ਟੱਪ ਗਈ ਤੂੰ, ਮੈਂ ਪੋਚਾ ਲਾਇਆ ਤੀ, ਮੈਂ ਕਰਿਆ ਤੀ, ਹੁਣ ਮੈਂ ਘਰੋਂ ਨਿਕਲ ਜਾ ਤੇਰੀ ਮਾਰੀ, ਘਰੇ ਨਾ ਬੜਿਆ ਕਰਾਂ, ਪੋਚਾ ਲਾਤਾ ਤੈਂ। ਘਰੋਂ ਨਿਕਲ ਨੂੰ ਤੈਨੂੰ ਕੌਣ ਕਹਿੰਦਾ? ਹੋਰ ਕੀ ਹੈ ਫਿਰ, ਘਰੋਂ ਤਾਂ ਤੂੰ ਕੱਢ ਕੇ ਨਾ ਰੱਜੇ, ਸਾਰਾ ਦਿਨ ਸਿਰ ਤੇ ਪਾਰਾ ਚੜਾਈ ਰੱਖਦੀ ਹੈਗੀ, ਸਾਰਾ ਦਿਨ ਨੀ ਚੜਾਈ ਰੱਖਦੀ। ਅੱਛਾ, ਮੈਂ ਚੜਾਉਣੀ ਆ ਪਾਰਾ? ਤੇਰੀ ਤਾਂ ਬਹੁਤ ਜਵਾਨ ਬੰਦ ਰਹਿੰਦੀ ਹੈ, ਤੂੰ ਤਾਂ ਜਮੀ ਨੀ ਬੋਲਦੀ। ਜੇ ਤੂੰ ਬੁਲਾਉਣੀ ਹੈ ਬੇਬੇ ਤਾਂ ਬੋਲਦੇ, ਬਿਨਾਂ ਗੱਲ ਤੋਂ ਕੋਈ ਨੀ ਬੋਲਦਾ। ਨਾ ਹੁਣ ਮੈਂ ਤੈਨੂੰ ਕੀ ਕਿਹਾ ਤੀ? ਮੈਂ ਤੈਨੂੰ ਕੀ ਕਿਹਾ ਸੀ? ਮੈਂ ਵੀ ਇਹੀ ਕਹਿ ਮੜੇ, ਪੋਚਾ ਸੁੱਕ ਜਾਣ ਦੇ, ਕੋਈ ਬਾਲੀ ਵੱਡੀ ਗੱਲ ਤਾਂ ਨਹੀਂ ਕਹੀ ਤੈਨੂੰ। ਫਿਰ ਮੈਂ ਕਿਹੜਾ ਰੇਤਾ ਲੈ ਕੇ ਵੜ ਗਈ ਤੀ, ਫਿਰ ਕੀ ਹੋ ਗਿਆ ਜੇ ਕੰਗਾ ਚੱਕ ਲਿਆਉਂਦੀ? ਐਵੇਂ ਸਿਰੇ ਸਿਰ ਚੜ੍ਹਦੀ ਹੈ, ਰੋਜ਼ ਹੀ ਤਾਂ ਲੇਟ ਸਿਰ ਪਾਉਣੀ। ਅੱਜ ਤੂੰ ਕਾਲਜ ਜਾਣਾ, ਮੈਂ ਤੈਨੂੰ 20 ਵਾਰੀ ਕਹਿਤਾ ਵੀ ਬੇਬੇ ਮੜੇ ਲੇਟ ਵਾਲੀ ਮੜੇ ਸੁੱਕ ਜਾਣ ਦੇ ਪੋਚਾ। ਮੈਂ ਥਾਪੜਾ ਮਾਰੂ ਤੇਰੇ ਮੂੰਹ ਤੇ? ਮਾਰਨਾ ਆਉਂਦਾ ਮੈਨੂੰ? ਮੈਂ ਤਾਂ ਕਹਿੰਦੀ ਆ ਵੀ ਚੱਲ ਮਾਰੂ, ਮਾਰਨਾ ਸਿਰੇ ਸਿਰ ਚੜ੍ਹਦੀ ਜਾਨੀ ਹੈ ਤੂੰ ਮੇਰੇ, ਤੂੰ ਹਟਾ ਦੇਗੀ ਮੈਨੂੰ ਅੰਦਰੋਂ ਜਾਣੋ? ਤੈਨੂੰ ਕੌਣ ਹਟਾ ਸਕਦਾ, ਤੂੰ ਤਾਂ ਹਟਾ ਕੇ ਨਾ ਰੱਜੇ। ਉਈ ਬੋਲੀ ਜਾਊਗੀ ਬਿਨਾਂ ਗੱਲ ਤੋਂ, ਪੂਰਾ ਪੋਚਾ ਵੀ ਨਹੀਂ ਲਾਉਣ ਦਿੰਦੀ, ਵਿਚਾਲੇ ਫਸਣ ਹੀ ਫਸਣਾ ਕਿਸੇ ਨਾ ਕਿਸੇ ਗੱਲ 'ਤੇ, ਕਦੇ ਸਿਰ ਪਾਉਣਾ, ਕਦੇ ਮੈਂ ਆਹ ਕਰਨਾ, ਕਦੇ ਮੈਂ ਆਹ ਕਰਨਾ, ਕਦੇ ਕਦੇ ਤਾਂ ਇੰਨਾ ਜੀ ਆਖਦਾ, ਇੰਨਾ ਜੀ ਆਖਦਾ ਵੀ ਇਹ ਬੁੜੀ ਦਾ ਗਲ ਘੋਟਦਾ ਰਾਤ ਨੂੰ। ਆ ਜਾ ਵੀਰਪਾਲ। ਹੋਰ ਬਲਜੀਤ, ਠੀਕ ਠਾਕ ਹੈ? ਹਾਂ ਵਧੀਆ ਭੈਣੇ, ਤੂੰ ਸੁਣਾ, ਬਹਿ ਜਾ। ਮੈਂ ਤਾਂ ਗੁਰਦੁਆਰੇ ਆਈ ਸੀ, ਮੈਂ ਕਿਹਾ 5 ਮਿੰਟ ਚੱਲ ਬਲਜੀਤ ਕੋਲੇ ਖੜ ਜਾ। ਅੱਛਾ, ਚਾਚੀ ਵੀ ਟੱਕਰੀ ਸੀਗੀ, ਉਹ ਜਾਈ ਜਾਂਦੀ ਸੀ, ਮੈਂ ਆਈ ਜਾਂਦੀ ਸੀ ਮੱਥਾ ਟੇਕ ਕੇ। ਹਾਂ ਹਾਂ, ਬੁੜੀ ਵੀ ਗਈ ਹੈ ਸਾਡੀ ਮੱਥਾ ਟੇਕਣ। ਸਾਡੀ ਬੁੜੀ ਦੀ ਤਾਂ ਉਹ ਗੱਲ ਹੈ, ਮੂੰਹੋਂ ਰਾਮ ਰਾਮ ਬਾਗਲ ਚ ਛੁਰੀ, ਸਾਰੀ ਦੁਨੀਆਂ ਦੇ ਪਾਪ ਕਰਨੇ ਜਾਣਾ ਗੁਰੂ ਘਰ ਮੱਥਾ ਟੇਕਣ। ਕੀ ਗੱਲਾਂ ਕਰੀ ਜਾਂਦੀਆਂ ਬਲਜੀਤ? ਹੋਰ ਮੈਂ ਤਾਂ ਸੱਚੀਆਂ ਹੀ ਗੱਲਾਂ ਕਰਨੀਆਂ ਨੇ। ਗੁਰੂ ਘਰ ਤਾਂ ਬੰਦਾ ਤਾਂ ਜਾਂਦਾ, ਸੋਹਣਾ ਲੱਗਦਾ ਜੇ ਚੰਗੇ ਕੰਮ ਕਰਦਾ ਹੋਵੇ, ਪਾਪ ਕਰਕੇ ਬੰਦਾ ਗੁਰੂ ਘਰ ਮੱਥਾ ਟੇਕਦਾ ਫਿਰੇ, ਉਹਦਾ ਕੀ ਫਾਇਦਾ? ਹੈ ਕੀ ਪਾਪ ਕਰਤਾ ਚਾਚੀ ਨੇ? ਚੱਲ ਛੱਡ ਭੈਣੇ, ਫਿਰ ਵੀ ਦੱਸ ਤਾਂ ਸਹੀ ਅੜੀਏ। ਰਹਿਣ ਦੇ ਵੀਰਪਾਲ, ਕੀ ਫਾਇਦਾ ਗੱਲ ਕਰੀਦਾ, ਫਿਰ ਗਾਹਾਂ ਗੱਲ ਨਿਕਲ ਜਾਂਦੀ ਹੈ। ਲੈ ਦੱਸ, ਐਂ ਕਿਵੇਂ ਗੱਲ ਨਿਕਲ ਜੂ ਗਾਹਾਂ? ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ? ਪਹਿਲਾਂ ਨਹੀਂ ਆਪਾਂ ਗੱਲਾਂ ਕਰੀਆਂ? ਪਹਿਲਾਂ ਮੈਂ ਗੱਲ ਕਰੀਏ ਕਿਸੇ ਕੋਲੇ? ਹਾਂ ਉਹ ਤਾਂ ਤੇਰੀ ਗੱਲ ਠੀਕ ਹੈ, ਹੁਣ ਮੈਂ ਤੈਨੂੰ ਕੀ ਦੱਸਾਂ ਸਾਡੀ ਬੁੜੀ ਦੀ ਕਰਤੂਤ। ਇਹਨੇ ਪਤਾ ਕੀ ਕਰਿਆ, ਉਹ ਜਿਹੜਾ ਆਪਣੇ ਬਾਹਰ ਬਾਹਰ ਬਾਬਾ ਨਹੀਂ ਆਇਆ, ਜਿਹਨੂੰ ਗੁਰਮੀਤ ਕਹਿੰਦੇ ਨੇ। ਹਾਂ ਹਾਂ, ਸੁਣਿਆ ਤਾਂ ਮੈਂ ਵੀ ਹੈ ਵੀ ਉੱਧਰ ਕੋਈ ਬਾਬਾ ਆਇਆ। ਹਾਂ ਹਾਂ, ਸਾਡੀ ਬੁੜੀ ਮੈਨੂੰ ਵੀ ਨਾਲ ਲੈ ਗਈ ਸੀ ਉਹ ਬਾਬੇ ਕੋਲੇ, ਕਹਿੰਦੀ ਵੀ ਜੱਸੇ ਕੇ ਤਰੱਕੀ ਵਾਲੀ ਕਰੀ ਜਾਂਦੇ ਨੇ, ਇਹਨਾਂ ਦਾ ਮਾੜਾ ਕਰਾਉਣਾ। ਉਹਨੇ 5100 ਦਾ ਮੱਥਾ ਟੇਕਿਆ ਹੈ, ਮਸਾਣ ਦਿੱਤੇ ਨੇ ਸਾਡੀ ਬੁੜੀ ਨੂੰ ਵੀ ਜੱਸੇ ਦੇ ਉੱਤੋਂ ਦੀ 7 ਵਾਰੀ ਵਾਰ ਕੇ ਸੂਏ 'ਚ ਤੇਰਦੀ। ਇਹਨੇ ਉਵੇਂ ਕਰਿਆ, ਇੱਕ ਦਿਨ ਜੱਸਾ ਸਾਡੇ ਘਰੇ ਆਇਆ ਸੀ, ਉਹਦੇ ਉੱਤੋਂ ਦੀ 7 ਵਾਰੀ ਚਹਾਤੇ, ਦੇਖ ਲੈ ਸਾਡੀ ਬੁੜੀ ਆਹ ਕੰਮ ਕਰਦੀ ਫਿਰਦੀ ਹੈ। ਬੂਵੇਂ ਮਰ ਜਾ, ਇਹੋ ਜਿਹੇ ਕੰਮ ਕਰਦੀ ਹੈ ਤੁਹਾਡੀ ਬੁੜੀ? ਤੇ ਹੋਰ ਭੈਣੇ ਦੱਸ, ਗੁਰੂ ਘਰ ਜਾਣ ਦਾ ਕੀ ਫਾਇਦਾ ਜੇ ਇਹੀ ਜੇ ਪਾਪ ਕਰਨੇ? ਆਹ ਦੇਖ ਲੈ ਤੇਰੇ ਸਾਹਮਣੇ ਕਿੱਡਾ ਮਾੜਾ ਕੰਮ ਕਰਿਆ ਇਹਨੇ। ਹੁਣ ਮੇਰੀ ਗੱਲ ਸੁਣ ਵੀਰਪਾਲ, ਮੈਂ ਤੇਰੇ ਤੇ ਵਿਸ਼ਵਾਸ ਕਰਕੇ ਤੈਨੂੰ ਸਾਰੀ ਗੱਲ ਦੱਸਤੀ, ਤੂੰ ਗਾਹਾਂ ਨਾ ਕਿਸੇ ਕੋਲੇ ਗੱਲ ਕਰਦੀ। ਲੈ ਇਹ ਕਈਆਂ ਹੀ ਗੱਲਾਂ ਕਰਦੀਆਂ ਭੈਣੇ, ਤੂੰ ਬੇਫਿਕਰ ਹੋ ਜਾ, ਮੈਂ ਨਹੀਂ ਕਿਸੇ ਕੋਲੇ ਗੱਲ ਕਰਦੀ। ਹਾਂ ਭੈਣੇ, ਕਿਸੇ ਕੋਲੇ ਗੱਲ ਨਾ ਕਰੀ।
ਤੂੰ ਸਾਡੇ ਨਾਲ ਚੰਗੀ ਨੀ ਕਰੀ ਚਾਚੀ, ਜੇ ਤੂੰ ਸਾਡੇ ਨਾਲ ਆਹ ਕੰਮ ਕਰਿਆ ਅਸੀਂ ਤੇਰਾ ਕੀ ਮਾੜਾ ਕਰਿਆ ਸੀ? ਐਂ ਤਾਂ ਦੱਸ ਦੇ ਮੈਨੂੰ ਕੀ ਕੰਮ ਕਰਤਾ ਨੀ ਮੈਂ ਤੁਹਾਡੇ ਨਾਲ? ਮੈਨੂੰ ਸਾਰਾ ਪਤਾ ਲੱਗ ਗਿਆ ਚਾਚੀ ਤੇਰੀ ਕਰਤੂਤ ਦਾ, ਤੂੰ ਇਹਦੇ ਉੱਤੋਂ ਦੀ ਮਸਾਨ ਵਾਰ ਕੇ ਡੇਗੇ ਨੀ ਨਾ? ਬਹੁਤ ਮਾੜਾ ਕੰਮ ਕਰਿਆ ਤੂੰ ਚਾਚੀ, ਬਹੁਤ ਮਾੜਾ ਕਰਿਆ। ਅਸੀਂ ਤੇਰਾ ਕੀ ਮਾੜਾ ਕੀਤਾ ਸੀ? ਕੀ ਮਾੜਾ ਕਰਿਆ ਸੀ ਅਸੀਂ ਤੇਰਾ? ਨੀ ਤੂੰ ਕਿਹੜੇ ਮਸਾਨਾਂ ਦੀ ਗੱਲ ਕਰੀ ਜਾਂਦੀ ਐ, ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਤੇਰੀ ਕੀ ਗੱਲ ਕਰਦੀ ਐ ਤੂੰ। ਤੂੰ ਐਵੇਂ ਡਰਾਮੇ ਜਿਹਾ ਨਾ ਕਰ ਚਾਚੀ, ਮੇਰੀ ਗੱਲ ਸੁਣ ਲੈ, ਸਾਨੂੰ ਸਾਰਾ ਕੁਝ ਪਤਾ ਲੱਗ ਗਿਆ। ਤੂੰ ਐਡੀ ਚੰਡੇਲ ਨਿਕਲੇਗੀ, ਅਜੇ ਤੱਕ ਸੁਪਨੇ 'ਚ ਵੀ ਨਹੀਂ ਸੋਚਿਆ ਸੀ। ਮੂੰਹ ਸੰਭਾਲ ਕੇ ਬੋਲ, ਮੈਂ ਚਪੇੜਾ ਮਾਰੂ ਮੂੰਹ ਤੇ, ਬੋਲਦੀ ਦੇਖ ਕਿਵੇਂ ਐ? ਕੋਈ ਮਸਾਨ ਮਸੂਨ ਨਹੀਂ ਬਾਰੇ ਮੈਂ, ਐਵੇਂ ਮਾਰੀ ਜਾਂਦੀ ਐ। ਤੂੰ ਮਾਰ ਕੇ ਦੇਖ ਮੂੰਹ ਤੇ ਮੇਰੇ, ਤੇਰਾ ਸਾਰਾ ਭਾਂਡਾ ਫੁੱਟ ਗਿਆ, ਸਾਰਾ ਪਤਾ ਲੱਗ ਗਿਆ ਸਾਨੂੰ, ਸਾਨੂੰ ਸਾਰਾ ਦੱਸਤਾ ਦੱਸਣ ਆਏ ਨੇ। ਕਿਹਨੇ ਦੱਸਤਾ ਤੈਨੂੰ? ਮੇਰੇ ਮੂੰਹ ਤੇ ਲਿਆ, ਕੌਣ ਕਹਿੰਦਾ ਤੈਨੂੰ? ਮੂੰਹ ਤੇ ਅਗਲਾ ਕਿਵੇਂ ਆਵੇ, ਬਸ ਤੇਰੀ ਕਰਤੂਤ ਦਾ ਪਤਾ ਲੱਗ ਗਿਆ ਚਾਚੀ ਸਾਨੂੰ। ਮੇਰੀ ਗੱਲ ਸੁਣ ਲੈ, ਜਿਹੜਾ ਕਿਸੇ ਦਾ ਮਾੜਾ ਸੋਚਦਾ ਹੁੰਦਾ ਨਾ, ਪਰਮਾਤਮਾ ਚੰਗਾ ਉਹਦਾ ਵੀ ਨਹੀਂ ਕਦੇ ਕਰਦਾ। ਇਹ ਤੂੰ ਮੇਰੀ ਗੱਲ ਯਾਦ ਰੱਖੀ, ਅਸੀਂ ਦੱਸ ਤੇਰਾ ਮਾੜਾ ਕੀ ਕਰਿਆ ਸੀ, ਐਂ ਤਾਂ ਦੱਸ ਦੇ ਸਾਨੂੰ। ਅੱਛਾ, ਤੁਸੀਂ ਤਾਂ ਕਦੇ ਸਾਡਾ ਮਾੜਾ ਕਰੀ ਨਹੀਂ ਹੈਗਾ, ਸਾਡਾ ਅੱਧਾ ਕਿੱਲਾ ਬਣਦਾ ਸੀ ਜਿਹੜਾ ਤੁਸੀਂ ਕਿੱਲਾ ਰੱਖ ਗਏ। ਅੱਛਾ ਅੱਛਾ, ਤੂੰ ਉਹ ਕਿੱਲੇ ਆਈ ਦਿਮਾਗ 'ਚ ਗੱਲ ਰੱਖੀ ਬੈਠੀ ਹੈ, ਉਹ ਮੈਨੂੰ ਸਾਰਾ ਕੁਝ ਦੱਸਤਾ ਤੇ ਇਹਨਾਂ ਨੇ, ਮੇਰੀ ਬੇਬੇ ਨੇ ਪੇਕੇ ਤੋਂ ਜ਼ਮੀਨ ਵੇਚ ਕੇ ਉਰੇ ਲੈਤਾ ਤੀ ਕਿੱਲਾ, ਉਹ ਆਪਦੇ ਪੈਸਿਆਂ ਦਾ, ਉਹ ਤੈਨੂੰ ਕਿਵੇਂ ਦੇ ਦਈਏ? ਜਾ ਜਾ ਨੀ ਤੂੰ ਬਹਿ ਜਾ ਟਿੱਕੇ, ਵੇਚੀ ਤੀ ਇਹਦੀ ਬੇਬੇ ਨੇ ਜ਼ਮੀਨ ਉੱਥੇ। ਅਸੀਂ ਤਾਂ ਚਾਚੀ ਐਂ ਸੋਚੀ ਜਾਂਦੇ ਤੇ ਵੀ ਵਧੀਆ ਆਪਾਂ ਵਰਤਦੇ ਸਰਦੇ ਆ, ਕੋਈ ਪੁਰਾਣੀ ਤੁਹਾਡੇ ਦਿਲਾਂ 'ਚ ਗੱਲੀ ਨਹੀਂ ਹੈਗੀ ਕਿਤੇ, ਤੁਸੀਂ ਤਾਂ ਪਾਪ ਰੱਖੀ ਬੈਠੇ ਅੰਦਰ। ਪਰ ਸਾਨੂੰ ਕੀ ਪਤਾ ਸੀ ਵੀ ਤੁਸੀਂ ਤਾਂ ਮੌਕੇ ਹੀ ਭਾਲਦੇ ਹੋ ਵੀ ਕਦੋਂ ਡੰਗ ਮਾਰੀਏ। ਨੀ ਜਾ ਜਾ ਤੂੰ ਤੁਰਦੀ ਹੋ ਜਾ ਇੱਥੋਂ, ਮੇਰੇ ਤੋਂ ਕੁਝ ਹੋਰ ਨਾ ਕਰਾ ਲਈ। ਹੋਰ ਕੀ ਕਰਦੇਂਗੀ ਤੂੰ, ਕਰਕੇ ਦੇਖ, ਵੱਡੀ ਆਈ ਐ ਕਰਨ ਵਾਲੀ। ਵਗ ਜਾ ਤੈਨੂੰ ਕਹਿਤਾ ਮੈਂ, ਭੱਜ ਜਾ ਇੱਥੋਂ। ਬਣੀ ਐ ਭੱਜਣ ਦੀ? ਆ ਗਈ ਉਰੇ ਲੜਨ। ਕੋਈ ਗੱਲ ਨੀ, ਭਗਤਾਂ ਮੈਂ ਜਾਨੀ ਆ ਤੇਰੇ ਘਰੇ ਪੈਰ ਪਸਾਰ ਕੇ ਨਹੀਂ ਬਹਿੰਦੀ ਮੈਂ। ਜਿਹੜਾ ਕੋਈ ਕਿਸੇ ਦਾ ਮਾੜਾ ਸੋਚਦਾ ਹੁੰਦਾ ਨਾ, ਪਰਮਾਤਮਾ ਤਾਂ ਮਾੜਾ ਹੀ ਕਰਦਾ ਹੁੰਦਾ। ਕੋਈ ਗੱਲ ਨੀ, ਲੈ ਕਮਾਲ ਹੋ ਗਈ, ਇਹਨੂੰ ਕੀ ਪਤਾ ਲੱਗ ਗਿਆ? ਤੂੰ ਤਾਂ ਨੀ ਬਲਜੀਤ ਗੱਲ ਕਰਤੀ ਕਿਸੇ ਕੋਲੇ? ਨਾ ਨਾ ਬੇਬੇ, ਮੈਨੂੰ ਕਿਸੇ ਕੋਲੇ ਗੱਲ ਕਰਨ ਦੀ ਕੀ ਲੋੜ ਹੈ? ਤੂੰ ਨਾ ਕਰਤੀ ਹੋਵੇ ਕਿਸੇ ਕੋਲੇ ਗੱਲ। ਮੈਂ ਕਿਹਦੇ ਕੋਲੇ ਗੱਲ ਕਰਨੀ ਸੀ? ਮੈਂ ਨੀ ਕਿਸੇ ਕੋਲੇ ਗੱਲ ਕਰੀ, ਰਾਜੇ ਨਾ ਕਿਤੇ ਬਗਤਾ ਹੋਵੇ ਕਿਸੇ ਕੋਲੇ। ਹੋ ਸਕਦਾ ਬੇਬੇ, ਇਹ ਤਾਂ ਹੁਣ ਰੱਬੀ ਜਾਣਦਾ ਕਿਹਨੇ ਗੱਲ ਕਰੀਏ। ਕੀ ਹੋ ਗਿਆ? ਕੀ ਹੋ ਗਿਆ ਸਾਨੂੰ? ਭੂਤਾਂ ਦੀ ਸੀ ਜਾਂਦੀ ਮੈਨੂੰ ਸੁਪਾਲ, ਇੱਕ ਆਓ ਬੈਠੀ ਹੋਟੇ ਤੇ, ਉਹ ਬੈਠੀ ਇੱਕ ਉਹ ਕੰਧ ਤੇ ਬੈਠੀ। ਨਾ ਨਾ ਨਾ, ਕੁਛ ਨਹੀਂ ਹੈਗਾ, ਖਾ ਜਾਣਗੇ, ਕੁਛ ਨਹੀਂ ਹੈਗਾ, ਵਾਹ ਖਾ ਜਾਣਗੇ, ਕੁਛ ਨਹੀਂ ਹੈਗਾ, ਮੂੰਹ ਡਰ ਜਾਂਦੇ ਤੁਸੀਂ, ਕੁਛ ਨਹੀਂ ਹੈਗਾ, ਕੁਛ ਨਹੀਂ ਹੈਗਾ, ਬੈਗਰ ਬੈਗਰ ਕਰੋ ਤੁਸੀਂ, ਬੈਗਰ ਬੈਗਰ ਕਰੋ, ਬੈਗਰ ਬੈਗਰ ਕਰੋ, ਕੁਛ ਨਹੀਂ ਹੈਗਾ, ਕੁਛ ਨਹੀਂ ਹੈਗਾ, ਬੈਗਰ ਬੈਗਰ ਕਰੋ, ਕੁਛ ਨਹੀਂ ਹੈਗਾ, ਬੈਗਰ ਬੈਗਰ ਕਰੋ, ਠੀਕ ਹੋ ਹੁਣ ਤੁਸੀਂ? ਠੀਕ ਹੋ? ਵਾਹਿਗੁਰੂ ਵਾਹਿਗੁਰੂ।
ਚਾਚੀ ਨੇ ਫਿਰ ਬਹੁਤ ਮਾੜਾ ਕੰਮ ਕਰਿਆ ਭਾਬੀ। ਉਹ ਹੁੰਦਾ ਹੁੰਦਾ ਤਾਂ ਚੀਜ਼ਾਂ ਨਾਲ ਕੁਛ ਨਹੀਂ, ਬਾਈ ਤਾਂ ਊਂ ਹੀ ਦਿਮਾਗ 'ਚ ਵਹਿਮ ਪਾਲੀ ਬੈਠਿਆ। ਇਹ ਤਾਂ ਗੱਲ ਤੇਰੀ ਸਹੀ ਹੈ ਭੈਣੇ, ਪਰ ਹੁਣ ਕਰਿਆ ਕੀ ਜਾਵੇ? ਉਹਦੇ ਤਾਂ ਦਿਮਾਗ 'ਚ ਆਇਆ ਨਾ ਚਾਚੀ, ਇਹ ਤਾਂ ਕਿੱਲੇ ਵਾਲੀ ਗੱਲ ਮਨ 'ਚ ਬਿਠਾਈ ਬੈਠੀ ਹੈ। ਉਹ ਕਿੱਲਾ ਤਾਂ ਹੁਣ ਸਾਰਿਆਂ ਨੂੰ ਹੀ ਪਤਾ ਭਾਬੀ, ਮਾਂ ਨੇ ਆਪਣੀ ਦੇ ਆਪਦੇ ਪੇਕਿਆਂ ਤੋਂ ਜ਼ਮੀਨ ਵੇਚ ਕੇ ਆਪਦੇ ਹਿੱਸੇ ਦੀ ਤਾਂ ਇੱਥੇ ਬਣਾਇਆ ਸੀ। ਊਂ ਤਾਂ ਬਾਪੂ ਕਹਿੰਦਾ ਵੀ ਹੁੰਦਾ ਸੀ ਵੀ ਜੇ ਚਾਚਾ ਆਪਣੇ ਨਾਲ ਰਲ ਕੇ ਰਹਿੰਦਾ ਫਿਰ ਚੱਲ ਕਰ ਲਾਂਗੇ। ਉਹ ਤਾਂ ਫਿਰ ਚਾਚਾ ਖਰਾਬ ਵਾਲਾ ਕਰਨ ਲੱਗ ਗਿਆ ਸੀ, ਸ਼ਰਾਬ ਪੀਂਦਾ ਸੀ ਚਾਚਾ, ਚਾਚੀ ਨਾਲ ਉਹਦਾ ਕਲੇਸ਼ ਵਾਲਾ ਰਹਿੰਦਾ ਸੀ, ਤਾਂ ਕਰਕੇ ਉਹ ਸ਼ਰਾਬ ਬਾਲੀ ਪੀਣ ਲੱਗ ਗਿਆ, ਫਿਰ ਉਹ ਹਿਸਾਬ ਚ ਹੇਰਾ ਫੇਰੀ ਕਰਨ ਲੱਗ ਗਿਆ, ਬਾਪੂ ਨਾਲ ਹਿਸਾਬ ਕਿਤਾਬ ਚ ਗੜਬੜ ਕਰਨ ਲੱਗ ਗਿਆ, 2.5-3 ਲੱਖ ਦੀ ਹੇਰਾ ਫੇਰੀ ਕਰ ਗਿਆ ਸੀ ਬਾਪੂ ਨਾਲ। ਫਿਰ ਅਖੀਰ ਅੱਡ ਹੋਏ ਆ ਆਪਾਂ, ਫਿਰ ਜਿਹੜਾ ਹੁਣ ਬੇਬੇ ਦੇ ਹਿੱਸੇ ਦਾ ਕਿੱਲਾ ਸੀ ਉਹ ਤਾਂ ਆਪਾਂ ਰੱਖਣਾ ਹੀ ਸੀ ਆਪਦਾ, ਉਹਦੇ ਚੋਂ ਫਿਰ ਇਹਨਾਂ ਨੂੰ ਅੱਧ ਕਿਵੇਂ ਦੇ ਦਿੰਦੇ? ਹਾਂ ਜਿਹੜੇ ਆਪਣੇ ਘਰ ਦੇ 8 ਕਿੱਲੇ ਸੀ ਉਹ ਚੋਂ 4-4 ਕਰਤੇ ਸੀ ਬਾਪੂ ਨੇ। ਸਹੀ ਗੱਲ ਹੈ ਭੈਣੇ, ਫਿਰ ਬੇਬੇ ਵਾਲੇ ਕਿੱਲਿਆਂ ਤਾਂ ਲੱਲਾ ਖੱਖੀ ਨੇ ਇਹਨਾਂ ਨੂੰ, ਉਹ ਤਾਂ ਬੇਬੇ ਦੀ ਤੀ ਆਪਣੀ ਦੀ। ਹੋਰ ਚਾਚੀ ਤਾਂ ਐਵੇਂ ਮਾਰੀ ਜਾਂਦੀ ਹੈ, ਚਾਚੇ ਨੂੰ ਪਤਾ ਸੀ ਵੀ ਮੈਂ 2.5-3 ਲੱਖ ਦੀ ਠੱਗੀ ਮਾਰੀ ਹੈ, ਨਾਲੇ ਆਹ ਕਿੱਲੇ 'ਚ ਤਾਂ ਵੀ ਮੇਰਾ ਕੁਛ ਬਣਦਾ ਹੀ ਨਹੀਂ। ਉਹ ਤਾਂ ਨਾਲੇ ਕੁਛ ਬੋਲਿਆ ਹੀ ਨਹੀਂ ਉਦੋਂ, ਇਹੀ ਬੁੜਕਦੀ ਸੀ ਕੱਲੀ ਚਾਚੀ, ਬਾਅਦ 'ਚ ਮਿੱਠੀ ਹੋ ਗਈ ਆਪਣੇ ਨਾਲ। ਹੁਣ ਆਪਾਂ ਨੂੰ ਕੀ ਪਤਾ ਸੀ ਵੀ ਢਿੱਡ 'ਚ ਇੰਨਾ ਪਾਪ ਰੱਖੀ ਬੈਠੀ ਹੈ? ਉਹੀ ਤਾਂ ਗੱਲ ਹੈ ਭੈਣੇ। ਹੋਰ ਮੈਂ ਵੀ ਨਹੀਂ ਕਦੇ ਸੋਚਿਆ ਸੀ, ਨਾ ਕਦੇ ਨਹੀਂ ਸ਼ੱਕ ਪੈਣ ਦਿੱਤਾ ਸੀ ਵੀ ਐਡੀ ਪਾਪੜ ਨਿਕਲੂਗੀ। ਤੇ ਹੋਰ ਹੁਣ ਬਾਈ ਨੂੰ ਕੀ ਚੱਕਰ ਹੈ? ਨਹੀਂ ਪਤਾ ਨਹੀਂ ਭੈਣੇ ਕੀ ਚੱਕਰ ਹੈ, ਕਹਿੰਦਾ ਮੈਨੂੰ ਭੂਤਾਂ ਦਿਸਣ ਲੱਗ ਜਾਂਦੀਆਂ ਨੇਗੀਆਂ, ਬਸ ਕਹਿੰਦਾ ਉਹ ਖੜੀ ਹੈ ਭੂਤ, ਉਹ ਖੜੀ ਹੈ ਭੂਤ, ਬਲਾਈ ਔਖੀ ਕਰ ਛੱਡੇ ਅਸ ਤਾਂ। ਹੋਇਆ ਪਤਾ ਕੀ ਹੈ ਭਾਬੀ, ਜਦੋਂ ਦਾ ਹੁਣ ਤੁਹਾਨੂੰ ਪਤਾ ਲੱਗਿਆ ਵੀ ਚਾਚੀ ਨੇ ਆਹ ਕੰਮ ਕਰਤਾ, ਉਦੋਂ ਬਾਅਦ ਬਾਈ ਦਿਮਾਗ 'ਤੇ ਗੱਲ ਲੈ ਗਿਆ। ਕੁਛ ਨਹੀਂ ਹੁੰਦਾ ਇਹ ਚੀਜ਼ਾਂ ਨਾਲ, ਬਸ ਬਾਈ ਦਿਮਾਗ 'ਤੇ ਗੱਲ ਲਾਈ ਬੈਠਾ ਉਹ ਹੀ ਡਰੀ ਜਾਂਦਾ, ਇਹਦੇ ਮਨ 'ਚ ਡਰ ਬਹਿ ਗਿਆ, ਉਹੀ ਡਰ ਇਹਨੂੰ ਦਿਖਣ ਲੱਗ ਜਾਂਦਾ, ਹੁੰਦਾ ਕੁਛ ਵੀ ਨਹੀਂ। ਕੀ ਕਹਿੰਦੀ ਸੀ ਉਹ ਭਾਬੀ ਵੀ ਬਾਹਰ ਬਾਹਰ ਬੈਠਾ ਉਹ ਬਾਬਾ, ਉਹਦੇ ਕੋਲ ਗਈ ਸੀ ਚਾਚੀ? ਹਾਂ ਭੈਣੇ ਐਂ ਦੱਸਦੀ ਤੀ। ਫਿਰ ਮੇਰੀ ਗੱਲ ਸੁਣ ਲੈ ਭਾਬੀ, ਵਹਿਮ ਦਾ ਇਲਾਜ ਵਹਿਮ ਹੀ ਹੁੰਦਾ, ਹੁਣ ਆਪਾਂ ਨੂੰ ਉਸੇ ਬਾਬੇ ਰਾਹੀਂ ਹੱਲ ਕਰਨਾ ਪਊਗਾ ਬਾਈ ਦਾ, ਉਹੀ ਬਾਈ ਦਾ ਵਹਿਮ ਕੱਢ ਸਕਦਾ। ਗੱਲ ਤਾਂ ਤੇਰੀ ਸਹੀ ਹੈ ਭੈਣੇ। ਮੇਰਾ ਨਾਮ ਹੈ ਬਾਬਾ ਗੁਰਮੀਤ, ਮੈਂ ਤਾਂ ਕਰ ਦਿੰਦਾ ਮਿੱਟੀ ਪਲੀਤ। ਸਮੱਸਿਆ ਦੱਸੋ ਬੱਚਾ, ਸਮੱਸਿਆ ਕੀ ਹੈ? ਸਮੱਸਿਆ ਤੇਰੀ ਓ ਖੜੀ ਕਰੀ ਹੋਈ ਹੈ ਬਾਬਾ, ਤਈ ਹੱਲ ਕਰਨੀ ਹੈ। ਹਾਂ ਨਹੀਂ ਫਿਰ ਤੈਨੂੰ ਸਮੱਸਿਆ ਆ ਸਕਦੀ ਹੈ ਬਾਬਾ, ਇਹ ਮੈਂ ਤੈਨੂੰ ਦੱਸਤਾ। ਮੈਂ ਤਾਂ ਥਾਣੇ ਜਾਂਦੀ ਸੀ, ਮੈਨੂੰ ਤਾਂ ਭੈਣ ਇੱਥੇ ਲੈ ਆਈ, ਚੱਲ ਕਹਿੰਦੀ ਕਿਹੜਾ ਆਪਾਂ ਬਾਬੇ ਕੋਲ ਜਾ ਆਈਏ ਕਿਹੜਾ। ਹਾਂ ਮੇਰੀ ਗੱਲ ਸੁਣ ਲੈ ਬਾਬਾ, ਆ ਟੁੱਟ ਘਵੰਜ ਜੇ ਕਰਕੇ ਲੋਕਾਂ ਨੂੰ ਗੁਮਰਾਹ ਕਰਦਾ ਫਿਰਦਾ, ਫੜਾਉਣ ਨੂੰ ਤਾਂ ਅਸੀਂ ਤੈਨੂੰ ਥਾਣੇ ਫੜਾ ਦਈਏ, ਫਿਰ ਅਸੀਂ ਕਹਿੰਦੇ ਚੱਲ ਛੱਡ। ਹੁਣ ਮੇਰੀ ਗੱਲ ਸੁਣ ਲੈ, ਤੈਂ ਸਾਡੀ ਚਾਚੀ ਨੂੰ ਮਸਾਣ ਦਿੱਤੇ ਸੀ ਨਾ,
ਅਸੀਂ ਸਭ ਪਤਾ ਕਰ ਲਿਆ, ਉਹ ਤੇਰੇ ਕੋਲੇ ਆਈ ਸੀ ਵੀ ਮੈਂ ਆਪਦੇ ਸਰੀਕਾਂ ਦਾ ਮਾੜਾ ਕਰਨਾ। ਤੂੰ ਉਹਨੂੰ ਮਸਾਣ ਦਿੱਤੇ ਸੀ ਨਾ ਬਾਰ ਕੇ ਸੂਹੇ 'ਚ ਸਿੱਟਣ ਨੂੰ, 5500 ਦਾ ਮੱਥਾ ਟਕਾਇਆ ਸੀ, ਸੱਚ ਹੈ ਨਾ? ਨਾ, ਮੈਨੂੰ ਤਾਂ ਨਹੀਂ ਯਾਦ ਹੈਗਾ ਬੱਚਾ, ਕਿਸੇ ਦਾ ਮਾੜਾ ਕਰਨ ਨਾਲ ਤਾਂ ਅਸੀਂ ਕੰਮ ਹੀ ਨਹੀਂ ਕਰਦੇ। ਮਾੜਾ ਤਾਂ ਅਸੀਂ ਵੀ ਨਹੀਂ ਕਰਦੇ, ਪਰ ਤੂੰ ਨਾ ਸਾਤੋਂ ਮਾੜਾ ਕਰਾ ਲਈ, ਤੇਰਾ ਨਾ ਮਾੜਾ ਹੋ ਜਾਏ ਕਿਤੇ। ਇਹ ਮੈਂ ਤੈਨੂੰ ਦੱਸਤਾ, ਮੇਰੀ ਚਾਚੀ ਨੇ ਤੈਨੂੰ 5500 ਰੁਪਏ ਦਿੱਤਾ ਦੇਣਾ, ਮੇਰਾ ਚਾਹੇ 1,00,000 ਰੁਪਇਆ ਲੱਗ ਜਾਏ ਥਾਣੇ 'ਚ, ਤੇਰੀ ਲੰਬੀ ਜੇਲ੍ਹ ਯਾਤਰਾ ਦਾ ਪ੍ਰਬੰਧ ਮੈਂ ਕਰਕੇ ਛੱਡੂੰਗੀ। ਜਿਵੇਂ ਮੇਰੇ ਬੰਦੇ ਨੇ ਬਿਮਾਰ ਕਰਿਆ ਨਾ, ਉਵੇਂ ਠੀਕ ਕਰ ਦੇ ਉਹਨੂੰ। ਹਾਂ, ਮੇਰੀ ਗੱਲ ਸੁਣ ਲੈ ਬਾਬਾ, ਮੇਰੇ ਭਾਈ ਦੇ ਨਾ ਦਿਮਾਗ 'ਚ ਇਹ ਗੱਲ ਵੜ ਗਈ ਵੀ ਉਹਦੇ ਸਿਰ ਉੱਤੋਂ ਦੀ ਨਾ ਮਸਾਣ ਬਾਰੇ ਹੋਏ ਨੇ, ਉਹਦੇ ਤਾਂ ਟੈਨਸ਼ਨ ਪੈ ਗਈ, ਦਿਮਾਗੀ ਤੌਰ 'ਤੇ ਅਪਸੈਟ ਹੋਇਆ ਬੈਠਿਆ ਉਹ, ਚੀਕਾਂ ਮਾਰ ਲੱਗ ਜਾਂਦਾ ਉਹ ਤਾਂ ਵੀ ਮੈਨੂੰ ਭੂਤਾਂ ਦੀਆਂ ਨੇ, ਉਹਦਾ ਇਹ ਵਹਿਮ ਕੱਢ ਦੇ ਤੂੰ ਉਹਦੇ ਦਿਮਾਗ 'ਚੋਂ। ਹਾਂ ਨਹੀਂ, ਅਸੀਂ ਤੇਰਾ ਵਹਿਮ ਕੱਢ ਦਾਂਗੇ, ਫੇਰ ਨਾ ਮੈਨੂੰ ਕਹੀਂ। ਦੇਖ ਲੈ, ਜੀ ਤਾਂ ਮੇਰਾ ਐਂ ਕਰੀ ਜਾਂਦਾ, ਤੇਰਾ ਸਿਰ ਜੁੱਤੀਆਂ ਨਾਲ ਕੁੱਟਾਂ, ਪਤਾ ਨਹੀਂ ਮੈਂ ਆਪਦੇ ਆਪ ਨੂੰ ਕਿਵੇਂ ਰੋਕੀ ਬੈਠੀ ਆ। ਹੁਣ ਤੂੰ ਦੱਸ ਦੇ ਬਾਬਾ, ਕਰਵਾਉਣਾ ਕੀ ਚਾਹੁੰਦੇ? ਉਹ ਨਾ ਨਾ ਬੀਬਾ, ਗੁੱਸੇ ਕਾਹਨੂੰ ਹੁੰਨੀ ਐ, ਉਹਨੂੰ ਮੈਂ ਜਮਾ ਠੀਕ ਕਰ ਦੂੰਗਾ, ਕੋਈ ਗੱਲ ਨੀ। ਉਹ 'ਚ ਤਾਂ ਹੈ ਹੀ ਕੁਛ ਨੀ ਸੀ, ਉਹ ਤਾਂ ਮੈਂ ਆਪਦੇ ਚਾਹ ਬਣਾਉਣ ਵਾਸਤੇ ਚੁੱਲ੍ਹਾ ਬਣਾਇਆ ਹੋਇਆ, ਉਹ ਛੋਟੇ ਛੋਟੇ ਕੱਪੜਿਆਂ 'ਚ ਉਹਦੀ ਸਵਾਹ ਪਾ ਰੱਖੀ ਹੈਗੀ, ਜਿਹੜਾ ਆਉਂਦਾ ਚੱਕ ਕੇ ਫੜਾ ਦੇਈਦੀ ਆ ਉਹ। ਮੈਨੂੰ ਆਪਦੇ ਘਰ ਦਾ ਐਡਰੈਸ ਲਿਖ ਕੇ ਦੇ ਦਿਓ, ਮੈਂ ਆ ਜਾਂਦਾ ਥੋੜ੍ਹੀ ਦੇਰ ਤੱਕ। ਕਨੇਖਣ ਨੂੰ ਅਸੀਂ ਲੈਟਰ ਪੜ ਲਈ ਬੈਠੀ ਇੱਥੇ ਵੀ ਲਿਖ ਕੇ ਦੇ ਦਾਂਗੇ ਤੈਨੂੰ, ਆ ਜੀ ਖੇਤਾਂ 'ਚ ਰਹਿੰਦੇ ਆ, ਜੱਸਾ ਪੁੱਛ ਲਈ। ਚੱਲ ਹੁਣ ਆ ਜੂੰਗਾ। ਠੀਕ ਹੈ। ਤੂੰ ਬੱਚਾ ਕਾਹਦਾ ਵਹਿਮ ਪਾਲ ਰੱਖਿਆ, ਇਹਦੇ ਵਿੱਚ ਕੁਛ ਨਹੀਂ ਹੈਗਾ। ਆ ਦੇਖ ਮੇਰੇ ਲਵੇ ਕਿੰਨੀਆਂ ਹੀ ਪਈਆਂ ਨੇ, ਇਹ ਤਾਂ ਇਹਦੇ ਵਿੱਚ ਕੁਛ ਨਹੀਂ, ਇਹ ਤਾਂ ਮੈਂ ਆਪਦਾ ਉੱਥੇ ਚਾਹ ਪੀਣ ਵਾਸਤੇ ਆਪਦੇ ਟਿਕਾਣੇ 'ਤੇ ਚੁੱਲ੍ਹਾ ਬਣਾਇਆ ਹੋਇਆ, ਉਹਦੀ ਸਵਾਹ ਆ ਗਈ ਇਹਦੇ ਵਿੱਚ ਤਾਂ। ਮਸਾਣ ਮਸੂਣ ਕੁਛ ਨਹੀਂ ਹੁੰਦੇ, ਲੈ ਕੁਛ ਵੀ ਨਹੀਂ ਹੈਗਾ ਇਹਦੇ 'ਚ, ਮੈਂ ਤੈਨੂੰ ਖੋਲ੍ਹ ਕੇ ਦਿਖਾ ਦਿੰਦਾ। ਲੈ ਇਹ ਤਾਂ ਇਕੱਲੀ ਸਵਾਹ ਆ ਗਈ ਛਟੀਆਂ ਦੀ। ਬਸ ਜੇ ਤੂੰ ਕਹਿਣਾ, ਲੈ ਮੈਂ ਆਪਦੇ ਉੱਤੋਂ ਬਾਹਰ ਕੇ ਦਿਖਾ ਦਿੰਦਾ। ਲੈ ਇਹਦੇ ਨਾਲ ਕੁਛ ਨਹੀਂ ਹੁੰਦਾ ਹੈਗਾ, ਐਵੇਂ ਤੂੰ ਵਹਿਮ ਪਾਲ ਰੱਖਿਆ, ਕੋਈ ਭੂਤਾਂ ਭਾਤਾਂ ਨਹੀਂ ਹੁੰਦੀਆਂ ਹੈਗੀਆਂ। ਬਾਕੀ ਜੇ ਸੱਚੀ ਮਸਾਣ ਹੋਵੇ ਉਹਦੇ ਨਾਲ ਵੀ ਨਹੀਂ ਕੁਛ ਹੁੰਦਾ, ਸਭ ਵਹਿਮ ਬਣੇ ਹੋਏ ਨੇ ਇਹ, ਕੁਛ ਨਹੀਂ ਹੋਇਆ ਤੈਨੂੰ, ਉਵੇਂ ਦਾ ਉਵੇਂ ਤੂੰ ਪਿਆ, ਹੱਟਾ ਘਟਾ ਤੂੰ ਹੈਗਾ, ਕੋਈ ਭੂਤ ਨਹੀਂ ਕੋਈ ਪ੍ਰੇਤ ਨਹੀਂ ਕੁਛ ਨਹੀਂ ਤੈਨੂੰ ਦਿਸਦਾ ਹੈਗਾ, ਐਵੇਂ ਤੂੰ ਮਨ 'ਚ ਵਹਿਮ ਬਣਾਈ ਬੈਠਾ। ਭੂਤਨਾ ਦੀ ਕੋਈ ਚੀਜ਼ ਨਹੀਂ ਹੁੰਦੀ, ਦਿਸ ਕਿਵੇਂ ਜਾਊਗੀ, ਕੁਛ ਨਹੀਂ ਹੋਇਆ ਤੈਨੂੰ, ਸਹੀ ਹੈ ਤੂੰ। ਠੀਕ ਹੈ ਬਾਬਾ। ਹਾਂ ਬਾਕੀ ਭਰਾਵਾ ਗਲਤੀ ਹੋ ਗਈ ਮੈਥੋਂ, ਇਸ ਗੱਲ ਦੀ ਮੈਂ ਮਾਫ਼ੀ ਮੰਗਦਾ, ਮੈਨੂੰ ਪਤਾ ਹੀ ਸੀਗਾ ਇਹਦੇ ਨਾਲ ਹੋਣਾ ਵਾਣਾ ਤਾਂ ਕੁਛ ਹੈ ਨਹੀਂ, ਹੈਂ ਆਪਦਾ ਰੋਟੀ ਦਾ ਜਗਾੜ ਵੀ ਕਰਨਾ ਸੀ, ਮੱਥੇ ਹੀ ਟਿਕਾਉਣਾ ਸੀ ਮੈਂ ਤਾਂ, ਇਹ ਤਾਂ ਤੈਨੂੰ ਪਤਾ ਹੀ ਹੈ। ਅੱਛਾ ਮੇਰੀ ਗੱਲ ਇੱਕ ਹੋਰ ਸੁਣ ਲੈ ਬਾਬਾ, ਤੈਨੂੰ ਸਾਡਾ ਪਿੰਡ ਹੀ ਛੱਡਣਾ ਪੈਣਾ ਹੁਣ। ਹਾਂ ਹਾਂ ਬੀਬਾ, ਮੈਂ ਤਾਂ ਆਪ ਸੋਚੀ ਜਾਂਦਾ ਸੀ ਪਹਿਲਾਂ ਵੀ ਮੈਂ ਹੁਣ ਇੱਥੇ ਰਹਿਣਾ ਹੀ ਨਹੀਂ, ਕਿਸੇ ਹੋਰ ਪਿੰਡ ਜਾ ਕੇ ਟਿਕਾਣਾ ਮੱਲੂੰਗਾ, ਰੋਟੀ ਦਾ ਜਗਾੜ ਤਾਂ ਫਿਰ ਚਲਾਉਣਾ ਹੀ ਆ ਨਾ, ਰੋਟੀ ਤਾਂ ਖਾਣੀ ਹੀ ਹੈ। ਮੈਂ ਤਾਂ ਤੈਨੂੰ ਇਹੀ ਸਲਾਹ ਦਿੰਦੀ ਹਾਂ ਬਾਬਾ, ਤੂੰ ਕੋਈ ਕੰਮ ਧੰਦਾ ਕਰ ਲੈ ਚੱਜ ਦਾ, ਛੱਡ ਦੇ ਇਹ ਕੰਮ, ਨਹੀਂ ਤੈਨੂੰ ਕਿਸੇ ਦਿਨ ਜੇਲ੍ਹ ਦੀ ਰੋਟੀ ਖਾਣੀ ਪਊਗੀ, ਇਹ ਮੈਂ ਤੈਨੂੰ ਦੱਸਤਾ। ਚੱਲ ਕੋਈ ਗੱਲ ਨਹੀਂ, ਸੋਚਾਂਗੇ, ਕਿਹਾ ਹੁਣ ਤੁਹਾਡਾ ਪਿੰਡ ਤਾਂ ਛੱਡ ਕੇ ਚੱਲੇ ਆ ਬਾਬੇ। ਬਸ ਠੀਕ ਹੈ ਬਾਈ, ਹੁਣ ਤੈਨੂੰ ਪਤਾ ਲੱਗ ਗਿਆ ਨਾ ਉਹ ਫੋਕੀ ਸਵਾਹ ਸੀ। ਹਾਂ ਭੈਣੇ ਲੱਗ ਗਿਆ ਪਤਾ, ਬਸ ਮੈਂ ਥੋੜ੍ਹਾ ਜਿਹਾ ਦਿਮਾਗ 'ਤੇ ਜ਼ਿਆਦਾ ਹੀ ਲੈ ਗਿਆ ਸੀ। ਉਹ ਨਾ ਨਾ ਬੱਚਾ, ਦਿਮਾਗ 'ਤੇ ਨਹੀਂ ਲਾਉਣਾ, ਜਿਹੜੀ ਚੀਜ਼ ਪਹਿਲੀ ਸਵਾਹ ਗਈ ਉਹ ਕਿਸੇ ਦਾ ਕੀ ਕਰ ਲੂ। ਚੱਲ ਚੰਗਾ ਬੱਚਾ ਚੱਲਿਆ, ਮੈਂ ਤਾਂ ਹੋਰ ਜਾ ਕੇ ਦੇਖੀ ਕੋਈ ਕਿਸੇ ਪਿੰਡ ਟਿਕਾਣਾ। ਕੀ ਕਰਦੀ ਐ? ਮੈਂ ਤਾਂ ਸਮਾਨ ਜਾ ਕੱਢਦੀ ਦੀ, ਮੈਂ ਗਰਮੀ ਚ ਬਹਿ ਜਾ ਕਰਾਂਗੇ, ਉਹ ਹਵਾ ਚੱਲਿਆ ਕਰੂ ਵਧੀਆ। ਅੱਛਾ ਉਹੀ ਤੈਨੂੰ ਦੱਸਣ ਆਇਆ ਮੈਂ, ਨਛੱਤਰ ਮਿਸਤਰੀ ਦਾ ਫੋਨ ਆ ਗਿਆ। ਅੱਛਾ ਕਹਿੰਦਾ ਹੁਣ ਮੈਂ ਵਿਹਲਾ ਜੇ ਇਸ ਚਵਾਰਾ ਲਪਿਆਈ ਕਰਾਉਣਾ।
ਮੈਂ ਕਹਿਤਾ ਉਹਨੂੰ, ਮੈਂ ਕਿਹਾ ਫਿਰ ਠੀਕ ਹੈ ਮੈਂ ਤੈਨੂੰ ਦੱਸਦਾ 2 ਮਿੰਟਾਂ ਨੂੰ। ਹਾਂ ਫਿਰ ਕਰਾ ਲੈਂਦੇ ਹਾਂ, ਮੈਂ ਤਾਂ ਆਪੇ ਹੀ ਕਹਿੰਦੀ ਲੈਟ ਲੁੱਟ ਗਈ ਤਾਂ ਬੈਠਿਆ ਜਾਂਦਾ ਵਧੀਆ ਲਪਿਆਈ ਹੋਈ ਸਾਫ਼ ਜਿਹਾ ਹੋ ਜੂਗਾ। ਐਂ ਕਰ ਲਾਂਗੇ ਹੋਰ ਹੋਰ, ਹੁਣ ਤਾਂ ਟਾਈਮ ਹੈ। ਹੋਰ ਨਾ ਕੋਠੇ ਤੇ ਵੀ ਲਵਾ ਲਾਂਗੇ ਫਰਸ਼ ਫੁਰਸ ਜਾ, ਕੋਠੇ ਤੇ ਬਿੱਲੇ ਪੱਟ ਦਿੰਦੇ ਨੇ, ਆਹ ਲਵਾ ਲਾਂਗੇ। ਹੋਰ ਕੀ ਸੋਚੀ ਇਹ ਨਿਸਬਤ? ਮੈਂ ਤਾਂ ਐਂ ਸੋਚਦੀ ਤੀ, ਮੈਂ ਕਿਹਾ ਦੇਖ ਲਓ ਚਾਚੀ ਨੇ ਆਪਣਾ ਕਿੰਨਾ ਮਾੜਾ ਸੋਚਿਆ ਤੀ, ਕਿੰਨਾ ਮਾੜਾ ਕਰਨ ਦੀ ਕੋਸ਼ਿਸ਼ ਕਰੀ ਤੀ ਉਹਨੇ। ਪਰ ਆਪਾਂ ਤਾਂ ਪਰਮਾਤਮਾ ਨੇ ਰੱਖ ਲਏ, ਆਪਾਂ ਤਾਂ ਹੋਰ ਵੀ ਤਰੱਕੀ ਕਰ ਗਏ, ਆਪਾਂ ਤਾਂ 12 ਲੱਖ ਦੀ ਗੱਡੀ ਵੀ ਲੈ ਲਈ ਨਵੀਂ। ਪਰ ਚਾਚੀ ਕੇ ਬਰਬਾਦ ਹੋ ਗਈ, ਰਾਜਾ ਕਰਜਈ ਹੋ ਗਿਆ, ਟੈਨਸ਼ਨ 'ਚ ਰਹਿਣ ਲੱਗ ਗਿਆ, ਟੀਕੇ ਲਾਉਣ ਲੱਗ ਗਿਆ ਚਿੱਟੇ ਦੇ, ਬਲਜੀਤ ਛੱਡ ਕੇ ਤੁਰ ਗਈ ਉਹਨੂੰ, ਤਲਾਕ ਹੋ ਗਿਆ, ਚਾਚੀ ਆਪ ਹੁਣ ਬਿਮਾਰ ਰਹਿੰਦੀ ਹੈ, ਕਸ਼ਟ ਭੋਗੀ ਜਾਂਦੀ ਹੈ ਕਿੰਨਾ। ਜਿਹੜਾ ਕਿਸੇ ਦਾ ਮਾੜਾ ਕਰਦਾ ਪਰਮਾਤਮਾ ਉਹਦਾ ਮਾੜਾ ਕਰਦਾ ਹੀ ਕਰਦਾ, ਆਪੇ ਦੇਖਦਾ ਪਰਮਾਤਮਾ ਨੂੰ। ਸਹੀ ਗੱਲ ਹੈ ਸਪਾਲ, ਸਹੀ ਗੱਲ ਹੈ, ਉਹਦੀ ਨਿਗਾਹ ਤੋਂ ਨਾ ਬਚ ਸਕਦਾ, ਤੇਰੀ ਮੇਰੀ ਨਿਗਾਹ ਤੋਂ ਤਾਂ ਬਚ ਰਹੋ। ਵੋ ਮੈਂ ਮਰ ਜਾਂ, ਮੇਰੇ ਨਾਲ ਆਹੀ ਹੋਣਾ ਚਾਹੀਦਾ ਸੀ, ਰੱਬਾ ਵਧੀਆ ਕਰੀ ਤੂੰ ਮੇਰੇ ਨਾਲ, ਮੈਂ ਆਪਦੇ ਜੇਠ ਦੇ ਪੁੱਤ ਦਾ ਮਾੜਾ ਸੋਚਿਆ ਸੀ ਨਾ, ਫਿਰ ਮੇਰੇ ਨਾਲ ਤਾਂ ਮਾੜਾ ਹੋਣਾ ਹੀ ਸੀ। ਹਾਂਜੀ ਸਤਿ ਸ਼੍ਰੀ ਅਕਾਲ, ਸਲਾਮ ਅਦਾਬ ਨਮਸਕਾਰ, ਤੁਸੀਂ ਜੁੜੇ ਹੋ ਪਿੰਡੂ ਵਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ। ਜਸਵਿੰਦਰ ਕੌਰ ਪਾਤੜਾ, ਅਮਰਜੀਤ ਚੂੜਚੱਕ, ਹਰਸ਼ਪ੍ਰੀਤ ਕੌਰ ਸੰਗਰੂਰ, ਰਿੰਪੀ ਖੜਿਆਲ, ਜਗਦੀਸ਼ ਕੌਰ ਮਾਨ ਚੌਂਕੀ ਮਾਨ ਤੋਂ, ਸੁਖਦੇਵ ਸਿੰਘ ਜੀਵਨ ਸਿੰਘ ਵਾਲਾ, ਦਮਨਪ੍ਰੀਤ ਕੌਰ ਆਸਟ੍ਰੇਲੀਆ ਮੈਲਬੋਰਨ, ਰੂਪ ਕੌਰ ਸਰਾਂ, ਪਰਮਜੀਤ ਕੌਰ, ਕੁਲਦੀਪ ਝਨੀਰ, ਅਵਤਾਰ ਦਿਓਲ, ਜਸਪਾਲ ਸਿੰਘ, ਤਰਸੇਮ ਸਿੰਘ, ਬੇਅੰਤ ਸਿੰਘ USA, ਗੁਰਦੀਪ ਸ਼ੋਕਰ, ਰਾਮ ਸਿੰਘ ਧਾਲੀਵਾਲ, ਹਰ ਗੁਰਪ੍ਰੀਤ ਕੌਰ, ਜਗਜੀਤ ਸਿੰਘ ਮੱਦਰ ਮਥੁਰਾ ਭਾਗੀ ਤਰਨ ਤਾਰਨ ਅਤੇ ਤਰਸੇਮ ਸਲਗਾਨੀ। ਸ਼ੁਕਰੀਆ ਜੀ, ਮਿਹਰਬਾਨੀ, ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ, ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ। ਪਿੰਡ ਵਿਰਸਾ ਸਬਸਕ੍ਰਾਈਬ ਕਰ ਦਿਓ ਅਤੇ ਨੋਟੀਫਿਕੇਸ਼ਨ ਬੈਲ ਔਨ ਕਰ ਦਿਓ, ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।